वाहेगुरु जी का खालसा, वाहेगुरु जी की फतेह। पतत उदाहरण प्राणपत स्वामी श्री गुरु ग्रंथ साहिब सच्चे पातशाह जी दी शीतल गोद विच बड़े अदब सहित संगत रूप विच आप जी जुड़ बैठे हो। बड़ा ही प्यारा समा सतगुरां दी कृपा नाल मिलिया है। आओ इस समय नूं गुरु लेखे लाइए। सतगुरां दे पावन इतिहास विचों सच्चे पातशाह जी दे वरताए होए जोजां नूं आप सरवण करदे हो। कल शाम दे प्रकरणां विच सरवण कीता सी। सतगुरां दे महल साडे माता सुलखणी जी जिन्हां नूं पिता मूल चंद जी एक महीने तो लैके गए ने, पर गुरु नानक साहब सच्चे पातशाह जी बेपरवाह होके मोदी खाने की सेवा निभा रहे हैं। पूरा महीना बतीत होने तो बाद सतगुरां दे भैण नानकी जी जयराम जी नाल वचन करदे ने, वीर ने ते कदे इशारा भी नहीं कीता लेके आउण दा। फिर जयराम जी ने चार कुहारां नूं भेजिया पालकी दे रूप दे विच। माता सुलखणी जी वापस आए ने इत्थे। उन्हां दे वापस आउण तो बाद गुरु नानक साहिब महाराज हुण घर नहीं आउंदे। हर रात उन्हां दी मोदी खाने विच ही बतीत हुंदी है। कदे अपनी पत्नी का हाल नहीं पुछदे, प्रेम दीआं गल्लां नहीं करदे, कोल नहीं बैंदे। काफी समय तक इदां चलदा रहा। माता सुलखणी जी सोचदे रहे अज नहीं कल कदे ते बदल जाणगे, पर हुण उह बोलण लग पए। उहनां नूं लगदा है वी मेरे तो वड्डा दुनिया ते दुखी कोई नहीं। इन्हां सारे प्रकरणां नूं आप जी ने बड़े विस्तार सहित सरवण कीता है। आओ कुछ समा मन चित व्यक्तियां नूं एकाग्र चित बनाइए। प्रेम दी पाओ सांझ, आसीस बख्शो गज बज के आखो जी सतनाम श्री वाहे गुरु साहिब जी, सतनाम श्री वाहे गुरु साहिब जी। चौपाई रखे दरबना कोई अकाजो, सदा मूल जो कृष्ण समझो। जिस वेले गुरु नानक साहब सच्चे पातशाह जी ने अपने व्यवहार नूं बदलिया, सारा परिवार इकट्ठा हुंदा है। कदे कदाई सतगुर भी आके बह जांदे आ, भोजन पानी छकना जां इकल्लियां जाके आराम फरमाउणा है जां मोदी खांदे चले जाणा। सतगुरां दे महल सुलखणी जी हर वेले उहनां नूं वेख के बोलदे आ, तुहानूं समझ क्यों नहीं आउंदी, तुसीं घर क्यों नहीं आउंदे, ऐसा की है।
ਕੋਲ ਬਹਿ ਕੇ ਵੀ ਤੁਸੀਂ ਦੂਰ ਰਹਿੰਦੇ ਹੋ ਇਹ ਪਿਆਰ ਦੇ ਹਲਕੇ ਜੇ ਸਵਾਲ ਜਵਾਬ ਨੇ ਪਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਚੁੱਪ ਰਹਿੰਦੇ ਉਹਨਾਂ ਦੀ ਜਾਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਮੋਦੀ ਖਾਨੇ ਆ ਜਾਂਦੇ ਆ ਆਪ ਮੁਹਾਰੇ ਮਾਤਾ ਸੁਲੱਖਣੀ ਜੀ ਬੋਲਦੇ ਨੇ ਕਹਿੰਦੇ ਇਹਨਾਂ ਨੂੰ ਆਪਣੇ ਘਰ ਦੀ ਸੋਝੀ ਨਹੀਂ ਪਤਾ ਕਮਾਉਣਾ ਕਿਵੇਂ ਹੈ ਜੋੜਨਾ ਕਿਵੇਂ ਹੈ ਘਰ ਦੀਆਂ ਜ਼ਿੰਮੇਵਾਰੀਆਂ ਕੀ ਨੇ ਇਹ ਕਦੇ ਜਾਣ ਨਹੀਂ ਸਕਦੇ ਘਰ ਕੇ ਖਰਚ ਅਣਕ ਵਿਦ ਹੋਈ ਦਰਬ ਪਾਸ ਤੇ ਜਦੋਂ ਸਤਿਗੁਰਾਂ ਦੇ ਭੈਣ ਨਾਨਕੀ ਜੀ ਕਦੇ ਆਹਮੋ ਸਾਹਮਣੇ ਹੁੰਦੇ ਆ ਸਿੱਧਾ ਤੇ ਕਹਿੰਦੇ ਨੀ ਵੇਖ ਕੇ ਬੋਲਦੇ ਆ ਕਹਿੰਦੇ ਘਰ ਦੇ ਖਰਚਿਆਂ ਦਾ ਨਹੀਂ ਪਤਾ ਘਰ ਕਿਵੇਂ ਚੱਲਦੇ ਆ ਕੌਡੀ ਕੌਡੀ ਜੋੜ ਕੇ ਘਰ ਬਣਾਉਣੇ ਪੈਂਦੇ ਤੇ ਚਲਾਉਣੇ ਪੈਂਦੇ ਆ ਖੁੱਲੇ ਖਰਚਿਆਂ ਨਾਲ ਕਦੇ ਘਰ ਨਹੀਂ ਵੱਸਦੇ ਹੁੰਦੇ ਸਵੇਰ ਤੋਂ ਲੱਗ ਜਾਂਦੇ ਆ ਦਾਨ ਕਰਨ ਲੋਕਾਂ ਨੂੰ ਦਾਨ ਕਰਦੇ ਆ ਸਿੱਧੀ ਪੰਜਾਬੀ ਦੀ ਗੱਲ ਕਹਿੰਦੇ ਘਰੇ ਚੂਹੇ ਵੀ ਭੁੱਖੇ ਮਰਦੇ ਆ ਜਦੋਂ ਬੋਲਣਾ ਆਪਣੇ ਆਪ ਨੂੰ ਦੁੱਖ ਦੇਣ ਵਾਲੇ ਕਹਿ ਕੇ ਕਹਿੰਦੇ ਮੇਰੀ ਤੇ ਕਿਸਮਤ ਮਾੜੀ ਹੈ ਸੁਣ ਲਓ ਐਵੇਂ ਨਾ ਰੱਬ ਨੂੰ ਕੋਸੀ ਜਾਇਆ ਕਰੋ ਚੰਗੇ ਭਲੇ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਇੱਥੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਤੀ ਰੂਪ ਦੇ ਵਿੱਚ ਨੇ ਅਜੇ ਵੀ ਕਹਿੰਦੇ ਆ ਕਹਿੰਦੇ ਮੇਰੀ ਕਿਸਮਤ ਮਾੜੀ ਇਹ ਕੀ ਹੈ ਇਹ ਨਹੀਂ ਕਿਹਾ ਜਾ ਸਕਦਾ ਵੀ ਮਾਤਾ ਸੁਲੱਖਣੀ ਨੂੰ ਸੋਚੀ ਨਹੀਂ ਜਾਂ ਸਮਝ ਨਹੀਂ ਭਾਈ ਇਹ ਮੇਰੇ ਪਾਤਸ਼ਾਹ ਦੀ ਖੇਡ ਹੈ ਅਜੇ ਉਹਨਾਂ ਨੇ ਆਪਣਾ ਆਪ ਵਾਜ਼ੇ ਨਹੀਂ ਕੀਤਾ ਚੜਾਇਆ ਨਹੀਂ ਅਜੇ ਜਿਨ੍ਹਾਂ ਦੇ ਘਰ ਜੰਮੇ ਆ ਅਜੇ ਤੱਕ ਤੇ ਪਿਤਾ ਨਹੀਂ ਜਾਣ ਸਕੇ ਪਤਨੀ ਕਿੱਥੋਂ ਪਛਾਣ ਕੋਈ ਛੇਤੀ ਸਮਝ ਰਹੇ ਹੋ ਨਾ ਮਾਤਾ ਸੁਲੱਖਣੀ ਸਾਡੇ ਆਪਣੇ ਪਤੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਬੋਲਦੇ ਆ ਕਿਉਂਕਿ ਮਨ ਚ ਗੁੱਸਾ ਹੈ ਕਹਿੰਦੇ ਘਰ ਦੀ ਕੋਈ ਫਿਕਰ ਨਹੀਂ ਲੋਕਾਂ ਦੀਆਂ ਫਿਕਰਾਂ ਚੁੱਕੀਆਂ ਨੇ ਇਨਕੇ ਮਨ ਇਹ ਬਾਤ ਨਾ ਕਾਈ ਜੋ ਆਵਤ ਸਭ ਦੇਤ ਲੁਟਾਈ ਕੌਣ ਸਮਝਾਵੇ ਇਹਨਾਂ ਨੂੰ ਭਾਵ ਗੁਰੂ ਨਾਨਕ ਸਾਹਿਬ ਨੂੰ ਇਹਨਾਂ ਦੇ ਦਿਲ ਦਿਮਾਗ ਦੇ ਵਿੱਚ ਕਦੇ ਫੁਰਨਾ ਨਹੀਂ ਆਉਂਦਾ ਕਦੇ ਖਿਆਲ ਨਹੀਂ ਆਉਂਦਾ ਵੀ ਜਿੰਨਾ ਮੈਂ ਕਮਾਉਣਾ ਘਰ ਲੈ ਕੇ ਜਾਵਾਂ ਲੋਕਾਂ ਨੇ ਕੀ ਦੇ ਦੇਣਾ ਇੱਥੇ ਨਾ ਤੇ ਗੁਰੂ ਨਾਨਕ ਸਾਹਿਬ ਗਲਤ ਨੇ ਤੇ ਨਾ ਮਾਤਾ ਸੁਲੱਖਣੀ ਜੀ ਗਲਤ ਨੇ ਨਜ਼ਰੀਏ ਦਾ ਫਰਕ ਹੈ ਦੁਨੀਆਂ 'ਚ ਕੁਛ ਵੀ ਗਲਤ ਨਹੀਂ ਹੁੰਦਾ ਚੋਰੀ ਸਾਡੇ ਨਹੀਂ ਮਾੜੀ ਹੈ ਜਿਹੜਾ ਚੋਰੀ ਕਰਦਾ ਉਹਨੂੰ ਪੁੱਛੋ ਵੀ ਕਿੰਨੀ ਕੁ ਮਾੜੀ ਹੈ ਨਹੀਂ ਗਲਤੀ ਹੈ ਆਪਾਂ ਵੈਜੀਟੇਰੀਅਨ ਨੋਨ ਵੈਜ ਖਾਣ ਵਾਲੇ ਸਾਨੂੰ ਬੁਰੇ ਲੱਗਦੇ ਆ ਖਾਣ ਵਾਲਿਆਂ ਨੂੰ ਪੁੱਛੋ ਉਹ ਕਹਿੰਦੇ ਸਵਰਗ ਹੈ ਯਾਰ ਸ਼ਰਾਬ ਸਾਨੂੰ ਭੈੜੀ ਲੱਗਦੀ ਹੈ ਮਾੜੇ ਕਰਮ ਸਾਨੂੰ ਬੁਰੇ ਲੱਗਦੇ ਆ ਜਿਹੜੇ ਕਰਦੇ ਆ ਉਹ ਕਹਿੰਦੇ ਬਹੁਤ ਵਧੀਆ ਸਾਨੂੰ ਕੀ ਫਰਕ ਹੈ ਦੁਨੀਆਂ 'ਤੇ ਕੁਛ ਵੀ ਮਾੜਾ ਨਹੀਂ ਹੈ ਕੁਛ ਵੀ ਮਾੜਾ ਨਹੀਂ ਕਿਉਂਕਿ ਪਰਮਾਤਮਾ ਨੇ ਬੁਰਾ ਬਣਾਇਆ ਹੀ ਕੁਛ ਨਹੀਂ ਇਹ ਤੇ ਬੰਦੇ ਦੇ ਆਪਣੇ ਥੌਟ ਨੇ ਆਪਣੇ ਵਿਚਾਰ ਨੇ ਆਪਣੀ ਸੋਚ ਹੈ ਨਜ਼ਰੀਆ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਬੜਾ ਕੁਝ ਕਹਿਣਾ ਪਰ ਮਰਦ ਸੱਚੇ ਪਾਤਸ਼ਾਹ ਨੂੰ ਫਰਕ ਨਹੀਂ ਪੈਂਦਾ ਦੁਨੀਆਂ ਨੇ ਕਮਲਾ ਕਹਿ ਲਿਆ ਜੇ ਪਤਨੀ ਕਹਿ ਲਏਗੀ ਤਾਂ ਕੀ ਫਰਕ ਹੈ ਪਰ ਇੱਕ ਗੱਲ ਯਾਦ ਰੱਖਿਓ ਦੁਨੀਆਂ ਦੇ ਵਿੱਚ ਬੰਦਾ ਲੜ ਸਕਦਾ ਆਪਣੇ ਟੱਬਰ ਨਾਲ ਨਹੀਂ ਲੜ ਸਕਦਾ ਬਾਹਰ ਤੁਸੀਂ ਜਿਹਨੂੰ ਮਰਜ਼ੀ ਸਮਝਾ ਲਓ ਆਪਣੇ ਚਾਰ ਢਾਈ ਜੀਆਂ ਨੂੰ ਸਮਝਾਉਣਾ ਔਖਾ ਹੈ ਵੱਡੇ ਵੱਡੇ ਵਕੀਲ ਵੱਡੇ ਵੱਡੇ ਜੱਜ ਲੋਕਾਂ ਦੇ ਫੈਸਲੇ ਕਰਦੇ ਆ ਪਤਨੀ ਨਾਲ ਤਲਾਕ ਆਪ ਨਹੀਂ ਲੈ ਸਕਦੇ ਆਖੋ ਸਤਨਾਮ ਉਹਨਾਂ ਨੂੰ ਵੀ ਅਦਾਲਤ ਜਾਣਾ ਪੈਂਦਾ ਕਿਉਂਕਿ ਘਰ ਦਾ ਮਾਹੌਲ ਐਸਾ ਹੁੰਦਾ ਹੈ ਪਰਿਵਾਰ ਤੁਹਾਡੇ ਬਾਰੇ ਬੜਾ ਕੁਝ ਜਾਣਦਾ ਹੁੰਦਾ ਕੀ ਸਫਾਈਆਂ ਦਿਓਗੇ ਕੀ ਬੋਲੋਗੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਅਜੇ ਨਵਾਂ ਨਵਾਂ ਵਿਆਹ ਹੋਇਆ ਹੈ ਇੱਕ ਡੇਢ ਮਹੀਨਾ ਹੀ ਹੋਇਆ ਅਜੇ ਪ੍ਰਾਪਤ ਆਇਆ ਇਸ ਇਲਾਕੇ ਦੀ ਗੱਲ ਹੈ ਕਿਉਂਕਿ ਇੱਕ ਮਹੀਨਾ ਉੱਥੇ ਬਤੀਤ ਕਰ ਰਹੇ ਹੋ ਅਤੇ ਉੱਥੇ ਰਹਿ ਇੱਥੇ ਤੇ ਇੱਕ ਮਹੀਨਾ ਹੀ ਬਤੀਤ ਹੋਇਆ ਇਹਨਾਂ ਨੂੰ ਕਹਿੰਦੇ ਘਰ ਦੀ ਹਾਲਤ ਐਸੀ ਹੋ ਜੇ ਹੁਣ ਸੋਚੀਏ ਦੁਨਿਆਵੀ ਪੱਧਰ 'ਤੇ ਕਿਉਂਕਿ ਗੁਰਬਾਣੀ ਦਾ ਪੱਧਰ ਬਹੁਤ ਉੱਚਾ ਹੈ ਅਸੀਂ ਕਹਾਂਗੇ ਲਓ ਇੱਥੇ ਕਲੇਸ਼ ਹੈ ਜੀ ਲੜਾਈ ਹੋ ਗਈ ਜੀ ਘਰੇ ਨਹੀਂ ਰੱਬ ਦੇ ਪਿਆਰੇ ਇਹਨਾਂ ਚੀਜ਼ਾਂ ਨੂੰ ਮੰਨਦੇ ਕੁਛ ਨਹੀਂ ਅਤੇ ਜਿਹਨੇ ਮੰਨ ਲਿਆ ਉਹਦੇ ਲਈ ਬਹੁਤ ਖੁਸ਼ ਹੈ ਉਹਦੇ ਨਿਕਲ ਹੀ ਨਹੀਂ ਸਕਦਾ ਸਾਰੇ
ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ, ਇਹਨਾਂ ਨੂੰ ਕੌਣ ਸਮਝਾਵੇ? ਇਹਦਾ ਭਾਵ ਕੀ ਹੈ ਵੀ ਭੈਣ ਨਹੀਂ ਸਮਝਾਉਂਦੀ, ਸਤਿਗੁਰਾਂ ਦੇ ਜੀਜਾ ਜੀ ਕਿਉਂ ਨਹੀਂ ਸਮਝਾਉਂਦੇ, ਮਾਪੇ ਕਿਉਂ ਨਹੀਂ ਸਮਝਾਉਂਦੇ ਵੀ ਤੁਹਾਡਾ ਪੁੱਤ ਫਜ਼ੂਲ ਖਰਚੀ ਕਰਦਾ? ਵੇਖੋ ਪਿਤਾ ਵੀ ਤੇ ਇਹੀ ਕਹਿੰਦੇ ਆ ਵੀ ਮੇਰਾ ਪੁੱਤ ਫਜ਼ੂਲ ਖਰਚਦਾ ਹੈ। ਅੱਜ ਧਰਮ ਪਤਨੀ ਸਾਡੇ ਮਾਂ ਸੁਲੱਖਣੀ ਜੀ ਆਖਦੇ ਆ ਮੇਰਾ ਪਤੀ ਲੋਕਾਂ ਨੂੰ ਤੇ ਦਾਨ ਕਰਦਾ ਹੈ, ਆਪਣੇ ਘਰੇ ਕਦੇ ਰਾਸ਼ਨ ਵੀ ਨਹੀਂ ਪਾਇਆ, ਕਦੇ ਕੁੱਟੀ ਕੌਟੀ ਵੀ ਨਾ ਦਿੱਤੀ, ਏਦਾਂ ਜ਼ਿੰਦਗੀ ਦੇ ਗੁਜ਼ਾਰੇ ਹੋਣੇ ਨਹੀਂ। ਧਨ ਰੱਖਣ ਨਿਜ ਔਰ ਨਾ ਵਿਚਾਰ ਅਵਰ ਨਵਰ ਜਨਸਰ। ਉੱਚੀ ਉੱਚੀ ਰੋ ਪੈਣਾ ਘਰੇ ਬੈਠਿਆ ਕੱਲੇ, ਕਿਹੜਾ ਸਮਝਾਵੇ? ਕੌਣ ਆਖੇ ਵੀ ਧਨ ਸੰਭਾਲੋ, ਦੌਲਤ ਰੱਖੋ, ਪੈਸਾ ਰੱਖੋ, ਪਰ ਉਹਨਾਂ ਕਦੇ ਤਾਂ ਨਹੀਂ ਕਿਹਾ ਵੀ ਸਾਰੀ ਦੌਲਤ ਸਾਨੂੰ ਦੇ ਦਿਓ। ਸਿਰਫ ਇੰਨਾ ਹੀ ਮਕਸਦ ਸੀ ਵੀ ਘਰ ਦਾ ਖਰਚਾ ਦੇ ਦਿਆ ਕਰੋ, ਬਾਕੀ ਨੂੰ ਮਰਜ਼ੀ ਕਰੋ। ਸਿਰਫ ਇੰਨੀ ਕੁ ਡਿਮਾਂਡ ਸੀ ਮਾਤਾ ਸੁਲੱਖਣੀ ਜੀ। ਸਾਡੇ ਵਾਲਾ ਕੰਮ ਥੋੜ੍ਹੀ ਹੈ ਵੀ ਜਿੰਨੇ ਕਮਾਏ ਸਾਰੇ ਇੱਥੇ ਦੇ ਕੇ ਜਾ ਅਤੇ ਤੂੰ ਕੀ ਕਰਦਾ ਕੀ ਕਰਦਾ। ਅਸੀਂ ਤਾਂ ਬੰਦੇ ਨੂੰ ਸੂਲੀ ਟੰਗ ਕੇ ਰੱਖੀਦਾ ਹੈ ਵੀ ਜੋ ਕੁਝ ਹੈ ਮੈਨੂੰ ਦੇ, ਕਿਉਂਕਿ ਅਸੀਂ ਨਾਗ ਬਣੇ ਫਿਰਦੇ ਹਾਂ ਮਾਏ ਬੰਦੇ। ਪਰ ਮਾਤਾ ਸੁਲੱਖਣੀ ਦੀ ਲੜਾਈ ਇਹ ਨਹੀਂ ਵੀ ਸਾਰੀ ਦੌਲਤ ਮੈਨੂੰ ਲਿਆ ਕੇ ਦੇ ਮੋਦੀ ਖਾਂਦੇ ਦੀ, ਇਹ ਗੱਲ ਸਮਝਿਓ ਜ਼ਰੂਰ ਨਾਲ ਨਾਲ। ਕਿਉਂਕਿ ਜੇ ਇਹ ਗੱਲ ਸਮਝ ਨਾ ਆਈ ਤਾਂ ਫਿਰ ਖਿਆਲ ਹੋਰ ਪਾਸੇ ਜਾ ਸਕਦਾ ਹੈ ਵੀ ਪਤਾ ਨਹੀਂ ਬਈ ਉੱਧਰ ਵੀ ਕਲੇਸ਼ ਹੀ ਸੀ। ਉਹਨਾਂ ਦਾ ਕਹਿਣ ਦਾ ਮਕਸਦ ਇੰਨਾ ਹੀ ਸੀ ਵੀ ਮੇਰਾ ਪਤੀ ਆਪਣੇ ਘਰ ਦਾ ਹੱਕ ਰੱਖ ਕੇ, ਮੰਨ ਲਓ ਜੇ ਮੋਦੀ ਖਾਨੇ 'ਚੋਂ 100 ਰੁਪਇਆ ਕਮਾਇਆ ਤਾਂ 10 ਰੁਪਏ ਘਰ 'ਤੇ ਕੱਢ ਦਿਓ, ਬਾਕੀ 90 ਬਣ ਦਿਓ, ਕੀ ਫਰਕ ਹੈ? ਪਰ ਗੁਰੂ ਸਾਹਿਬ ਤੇ ਘਰੇ ਇੱਕ ਫੁੱਟੀ ਕੌਡੀ ਨਹੀਂ ਦੇ ਰਹੇ, ਕਦੇ ਪਾਣੀ ਦਾ ਗਲਾਸ ਵੀ ਘਰ ਨਹੀਂ ਲੈ ਕੇ ਆਉਂਦੇ, ਕਹਿੰਦੇ ਨਹੀਂ ਇਹ ਲੋਕਾਂ ਦੀ ਚੀਜ਼ ਹੈ ਘਰ ਨਹੀਂ ਵਰਤਣੀ। ਉਹ ਰੋਂਦੇ ਆ ਉੱਚੀ ਉੱਚੀ, ਕਰਲਾਉਂਦੇ ਆ, ਤੜਫਦੇ ਆ, ਪਰ ਉਹਨਾਂ ਦੀ ਕੂਕ ਕੇਵਲ ਆਪਣੀ ਨੰਦ ਤੱਕ ਹੈ ਵੀ ਜੇ ਕਿਤੇ ਸੁਣ ਲੈਣ। ਸਤਿਗੁਰਾਂ ਦੇ ਭੈਣ ਨਾਨਕੀ ਜੀ ਸੁਣ ਲੈਂਦੇ ਨੇ ਪਰ ਬੇਵੱਸ ਨੇ ਕਹਿਣ ਕੀ। ਜਿੱਦਣ ਕਹਿਤਾ ਮਹਾਰਾਜ ਸੱਚੇ ਪਾਤਸ਼ਾਹ ਕਮਾਓ ਘਰੇ ਦੋ, ਉਦਣ ਕਹਿਣਗੇ ਆਪਾਂ ਤੇ ਚੱਲੇ ਅਸੀਂ ਤਾਂ ਅੱਗੇ ਤਾਂ ਹੋਇਆ ਨਾ ਜਦੋਂ ਕਿਤੇ ਮੋਦੀ ਖਾਨੇ ਦਾ ਜ਼ਿਕਰ ਚੱਲਿਆ ਸੀ ਸਤਿਗੁਰਾਂ ਨੂੰ, ਹਿਸਾਬ ਕਿਤਾਬ ਦੀ ਗੱਲ ਚੱਲੀ, ਮਹਾਰਾਜ ਕਹਿੰਦੇ ਅਸੀਂ ਨਹੀਂ ਅੱਜ ਤੋਂ ਬਾਅਦ ਇੱਥੇ ਚੱਲ ਬੰਦਿਆਂ ਚਲੀ ਗਏ। ਭੈਣ ਭਾਵਨਾ ਵਿੱਚ ਮਜਬੂਰ ਹੈ ਪਰ ਆਪਣੀ ਭਰਜ਼ਾਈ ਦਾ ਦੁੱਖ ਵੀ ਅੰਦਰੋਂ ਅੰਦਰ ਬਰਦਾਸ਼ਤ ਨਹੀਂ ਹੁੰਦਾ। ਇਹ ਕੀ ਹੈ? ਵਿਚਾਰਾਂ ਦਾ ਮਤ ਕੇਂਦਰ। ਜਿੱਥੇ ਤੁਹਾਡੇ ਵਿਚਾਰ ਮਿਲਦੇ ਆ ਘਰ ਛੱਡੋ, ਯਾਰੀ ਹੋਵੇ, ਮਿੱਤਰ ਰਿਸ਼ਤੇਦਾਰੀ ਹੋਵੇ, ਸਵਰਗ ਵਰਗੀ ਦੋਸਤੀ ਹੋਏਗੀ। ਜਿੱਥੇ ਵਿਚਾਰ ਨਹੀਂ ਮਿਲਦੇ ਇੱਕ ਛੱਤ ਥੱਲੇ ਰਹਿ ਕੇ ਵੀ ਮਹਾਭਾਰਤ ਦਾ ਯੁੱਧ ਹੋਏਗਾ। ਖੋ ਸਤਨਾਮ। ਵਿਚਾਰ ਕਈ ਵਾਰ ਦੁਸ਼ਮਣ ਨਾਲ ਮਿਲ ਜਾਂਦੇ ਤੇ ਉਹ ਵੀ ਚੰਗਾ ਲੱਗਦਾ, ਤੇ ਵਿਚਾਰ ਆਪਣਿਆਂ ਨਾਲ ਨਹੀਂ ਮਿਲਦੇ ਤੇ ਉਹ ਵੀ ਕਈ ਵਾਰ ਕੋਲ ਰਹਿ ਕੇ ਸੁੱਖ ਨਹੀਂ ਦੇ ਪਾਉਂਦੇ। ਮਾਤਾ ਸੁਲੱਖਣੀ ਜੀ ਨੇ ਰੋਜ਼ ਬੋਲਣਾ, ਕਹਿੰਦੇ ਦਾਨ ਕਰੀ ਚੱਲੋ ਕਿਸੇ ਕੰਮ ਨਹੀਂ ਆਉਣਾ, ਲੋਕਾਂ ਨੇ ਖਾ ਪੀ ਕੇ ਡਕਾਰ ਮਾਰ ਕੇ ਚਲੇ ਜਾਣਾ, ਤੁਹਾਨੂੰ ਕਿਸੇ ਨੇ ਕੀ ਦੇਣਾ, ਤੁਹਾਡਾ ਆਪਣਾ ਘਰ ਬੁੜ ਜਾਣਾ, ਘਰੇ ਮਾਇਆ ਦੇ ਦਿਆ ਕਰੋ, ਰਾਸ਼ਨ ਯੋਗੀ ਦੇ ਦਿਆ ਕਰੋ। ਗੁਰੂ ਸਾਹਿਬ ਨੇ ਜ਼ਿਆਦਾ ਉਹਨਾਂ ਕਹਿ ਦੀ ਉਹਨਾਂ ਕਹਿ ਦੇਣਾ ਮਹਾਰਾਜ ਨੇ ਪ੍ਰਸ਼ਾਦਾ ਵੀ ਨਾ ਛਕਣਾ, ਘਰੋਂ ਚਲੇ ਜਾਣਾ ਵੀ ਕੀ ਰੋਟੀ ਖਾਣੀ ਇਹੋ ਜਿਹੀ ਥਾਂ 'ਤੇ ਜਿੱਥੇ ਹਰ ਵੇਲੇ ਕੋਈ ਨਾ ਕੋਈ ਬੋਲਦਾ ਹੈ, ਕੁਛ ਨਾ ਕੁਛ ਬੋਲਦਾ, ਕਿਉਂਕਿ ਗੁਰੂ ਸਾਹਿਬ ਨੂੰ ਸਮਝਣ ਦੀ ਲੋੜ ਸੀ। ਪਰ ਜਮਾਨਾ ਸਮਝਾਉਣਾ ਚਾਹੁੰਦਾ ਏ ਸਦਾ ਗਿਣਤ ਗਿਣਤੀ ਇਸ ਭਾਂਤੀ ਹਿਰਦੇ ਦੁਖਤ ਰਹਿਤ ਦਿਨ ਰਾਤੀ। ਨਾ ਦਿਨ ਲੰਘਿਆ ਕਰੇ ਨਾ ਰਾਤ ਬਤੀਤ ਹੋਇਆ ਕਰੇ, ਚਿੰਤਾ ਦਾ ਝੋਰਾ ਲੱਗਿਆ ਅੰਦਰ ਵੀ ਮੈਂ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਕਰ ਲਈ ਇਸ ਘਰ ਜਾ ਕੇ, ਇੱਥੋਂ ਤੱਕ ਗੱਲਾਂ ਹੋਈਆਂ, ਇੱਥੋਂ ਤੱਕ ਰੋਇਆ ਕਰ, ਕੀ ਮੈਂ ਆਪਣੀ ਮਾਂ ਨੂੰ ਦੱਸਾਂ, ਕੀ ਮੈਂ ਆਪਣੇ ਬਾਬਲ ਕੋਲ ਦੁੱਖ ਰੋਵਾਂ। ਉਹ ਤੇ ਕਹਿੰਦੇ ਸੀ ਧੀਏ ਤੇਰਾ ਘਰ ਬਹੁਤ ਚੰਗਾ, ਜਦ ਸ਼ਗਨ ਹੋਇਆ ਰਿਸ਼ਤਾ ਹੋਇਆ ਬੜੀਆਂ ਸਿਫਤਾਂ ਕਰਦੇ ਸੀ, ਕਹਿੰਦੇ ਪਟਵਾਰੀਆਂ ਦਾ ਘਰ ਹੈ, ਇੱਥੇ ਤਾਂ ਰੋਟੀ ਨਹੀਂ ਪੱਕਦੀ, ਕਦੋਂ ਤੱਕ ਨਣਦ ਰੋਟੀ ਖਵਾਏਗੀ, ਕਦੋਂ ਤੱਕ, ਹੁਣ ਤੇ ਘਰ ਵੀ ਅਲੱਗ ਬਣ ਗਿਆ, ਇਹ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ, ਕਿਉਂ ਆਪਣੇ ਪਰਿਵਾਰ ਦਾ ਫਿਕਰ ਨਹੀਂ ਕਰਦੇ। ਹੌਲੀ ਹੌਲੀ ਜਦੋਂ
ਜਦੋਂ ਸਮਾਂ ਬਤੀਤ ਹੋਣ ਲੱਗਿਆ, ਆਖਿਰਕਾਰ ਜਦੋਂ ਬਹੁਤੇ ਦੁਖੀ ਹੋ ਜਾਂਦੇ ਆ ਨਾ, ਫਿਰ ਸਤਿਗੁਰਾਂ ਦੇ ਭੈਣ ਨਾਨਕੀ ਜੀ ਕੋਲ ਭਾਵ ਆਪਣੀ ਨਣਦ ਕੋਲ ਆ ਕੇ ਰੋ ਪੈਂਦੇ ਆ, ਰੋਸ ਜ਼ਾਹਰ ਕਰਦੇ ਆ, ਗੁੱਸੇ 'ਚ ਬੋਲਦੇ ਆ, ਤੁਸੀਂ ਕਿਉਂ ਨਹੀਂ ਆਪਣੇ ਭਰਾ ਨੂੰ ਸੁਣੋਗੇ? ਪਰ ਉਹ ਚੁੱਪ ਕਰ ਜਾਂਦੇ ਆ। ਕੀ ਸਮਝਾਏਗੀ, ਕੀ ਦੇਗੀ? ਜੋ ਹੁਣ ਸਮਝਦਾ ਉਹਨਾਂ ਨੂੰ ਕੀ ਸਮਝਾਇਆ ਜਾਏ? ਕਹਿੰਦੇ ਜੀ ਬੜਾ ਕੁਛ ਆ ਕੇ ਬੋਲਣਾ, ਰੋ ਪੈਣਾ ਮੁਹਾਰੇ, ਭੁੱਬਾਂ ਉੱਚੀ ਉੱਚੀ ਮਾਰਦੇ ਨੇ। ਨਿਜ ਭਰਤ ਕੋ ਨਹੀਂ ਸਮਝਾਵੇ, ਗ੍ਰਹਿਸਥ ਕਾਜ ਇਉਂ ਕਿਉਂ ਬਣਿਆ ਵੇ। ਉਸੇ ਚ ਕਹਿ ਦਿੰਦੇ ਆਪਣੇ ਵੀਰ ਨੂੰ ਇੰਨਾ ਤੇ ਸਮਝਾ ਦਿਓ ਵੀ ਏਦਾਂ ਗ੍ਰਸਤੀਆਂ ਵੀ ਨਿਕਲਦੀਆਂ ਹੁੰਦੀਆਂ, ਫਕੀਰ ਬਣ ਕੇ ਸਾਧ ਬਣ ਕੇ ਕਦੇ ਘਰ ਬਾਰ ਨਹੀਂ ਚੱਲਦੇ, ਤੇ ਘਰ ਬਾਰ ਚਲਾਉਣ ਵਾਸਤੇ ਕਿਤੇ ਸੂਮ ਵੀ ਬਣਨਾ ਪੈਂਦਾ, ਕਿਤੇ ਲਾਲਚੀ ਵੀ ਬਣਨਾ ਪੈਂਦਾ, ਕਿਤੇ ਦਾਨੀ ਵੀ ਬਣਨਾ ਪੈਂਦਾ, ਵੀ ਉਹ ਤੇ ਫਕਰਾਂ ਵਾਂਗੂ ਵੱਡੀ ਜਾਂਦੇ ਸਵੇਰ ਤੋਂ ਸ਼ਾਮ ਤੱਕ। ਇਹ ਤੇ ਦੱਸੋ ਵੀ ਕਿਹਦੇ ਧਰਮ ਕੀ ਹੈ, ਉੱਪਰ ਬਾਹਰ ਕੀ ਹੈ? ਹੁਣ ਵੇਖੋ ਇਹਨਾਂ ਨੂੰ ਕਿਉਂ ਕਿਹਾ ਜਾਂਦਾ? ਵਿਚੋਲੇ ਸੀ, ਬਚੋ ਵਿਚੋਲਗੀਰੀ ਤੋਂ। ਅੱਜ ਵੀ ਬਚੋ, ਆਹੀ ਕੁਛ ਹੁੰਦਾ। ਸਤਿਗੁਰਾਂ ਦੇ ਭੈਣ ਨਾਨਕੀ ਜੀ ਉਹ ਬੜਾ ਸੋਚਦੇ ਆ ਕਈ ਵਾਰ ਵੀ ਇਹ ਅਸੀਂ ਕੀ ਕਰ ਲਿਆ। ਕਦੇ ਕਦੇ ਆਈ ਜਾਂਦਾ ਖਿਆਲ, ਰੋਜ਼ ਦੀ ਲੜਾਈ ਵੇਖ, ਉਹ ਵੀ ਵੇਖਦੇ ਆ ਵੀ ਇਹ ਸੱਚੇ ਹੁੰਦੇ ਆ। ਇਹ ਵੀ ਨਹੀਂ ਹੈ ਵੀ ਮਾਤਾ ਸੁਲੱਖਣੀ ਸਾਡੇ ਐਵੇਂ ਧੰਗੜੇ ਲਾਉਂਦੇ ਆਪਣੇ ਕੋਲੋਂ, ਵੀ ਪਤੀ ਪੈਸੇ ਵੀ ਦਿੰਦੇ ਆ, ਮਾਇਆ ਵੀ ਦਿੰਦੇ, ਸਭ ਕੁਛ ਨਹੀਂ। ਉਹ ਜਾਣਦੇ ਆ ਵੀ ਇਹ ਆਪਣੀ ਥਾਂ ਤੇ ਬਿਲਕੁਲ ਠੀਕ ਨੇ। ਕੀ ਕਹਾਂ ਇਹਨਾਂ ਨੂੰ, ਤੇ ਮੈਂ ਆਪਣੇ ਭਰਾ ਨੂੰ ਵੀ ਨਹੀਂ ਕਹਿ ਸਕਦੀ ਕਿਸੇ ਤਰੀਕੇ ਨਾਲ ਵੀ ਭਰਾਵਾ ਮੇਰੇ ਆ, ਕਿਤੇ ਸੋਚ ਲਿਆ ਤਾਂ ਉੱਥੇ ਰੱਬ ਰੂਪ ਦੇ ਉਹ ਪਰਮਾਤਮਾ ਨੇ ਕਿਤੇ ਨਾ ਕਿਤੇ ਪਿਤਾ ਜੀ ਦਾ ਫੈਸਲਾ ਕਰ ਦਿੱਤਾ, ਉਹਨਾਂ ਵਿਆਹ ਕਰਨ ਦੇ ਵਿੱਚ ਕਾਹਲੀ ਕੀਤੀ ਹੈ। ਇਹਨਾਂ ਘਰ ਆ ਕੇ ਬੋਲਣਾ, ਕਹਿੰਦੇ ਤੂੰ ਵੀ ਮੇਰੀਆਂ ਭੈਣਾਂ ਵਰਗੀ ਹੈ, ਆਪਣੇ ਭਰਾ ਨੂੰ ਸਮਝਾ ਦਿਓ ਵੀ ਜੇ ਵਿਆਹ ਕਰਾਇਆ ਤੇ ਗ੍ਰਸਥ ਧਰਮ ਦੇ ਅਸੂਲ ਸਿੱਖ ਲਵੇ, ਸਵੇਰੇ ਜੇ ਕੰਮ ਤੇ ਜਾਣਾ ਸ਼ਾਮੀ ਸਮੇਂ ਨਾਲ ਘਰ ਆਓ, ਖਾਲੀ ਨਾ ਆਓ, ਕੁਛ ਲੈ ਕੇ ਆਓ। ਹਲਕੇ ਹਲਕੇ ਆ, ਕਹਿੰਦੇ ਰੋਜ਼ ਆ ਜਾਂਦੇ ਆ ਮੂੰਹ ਵਿਖਾਉਣ ਕਰੇ, ਕਈ ਵਾਰ ਆ ਜਾਂਦੇ ਸੀ ਗੁਰੂ ਸਾਹਿਬ। ਹੁਣ ਗੁੱਸਾ ਜੀ, ਗੁੱਸੇ 'ਚ ਜੇ ਤੁਸੀਂ ਕਹੋ ਵੀ ਜੀ ਕਹਿ ਕੇ ਬੋਲੋ, ਇਹਦਾ ਨਹੀਂ ਹੁੰਦਾ, ਸੁਭਾਵਿਕ ਗੱਲ ਹੈ। ਪਤੀ ਪਤਨੀ ਦਾ ਰਿਸ਼ਤਾ, ਬੜਾ ਕੁਝ ਵਾਦ ਘਾਟ ਹੋ ਜਾਂਦੀ ਹੈ, ਆਪਣੇ 'ਚ ਵੀ ਹੁੰਦੀ, ਸਾਰਿਆਂ 'ਚ ਹੁੰਦੀ ਹੈ। ਜਿਸ ਵੇਲੇ ਗੁੱਸਾ ਹੋਵੇ ਬੰਦਾ ਆਪਣੀ ਲਿਆਕਤ ਨੂੰ ਭੁੱਲ ਜਾਂਦਾ ਹੁੰਦਾ ਹੈ। ਅਜੀ ਸ਼ਬਦ ਕਹਿਣਾ, ਸਤਿਕਾਰ ਕਰਨਾ, ਇਹ ਸਿਰਫ ਉਦੋਂ ਹੈ ਜਦੋਂ ਅਸੀਂ ਕੌਨਸ਼ੀਅਸ ਹੁੰਦੇ ਹਾਂ, ਜਦ ਸਾਨੂੰ ਕੌਨਸ਼ੀਅਸ ਵਿੱਚ ਆ ਜਾਈਏ ਨਾ, ਅਵਚੇਤ ਹੋ ਜਾਈਏ, ਉਦੋਂ ਬੜਾ ਔਖਾ ਹੁੰਦਾ। ਫਿਰ ਬੰਦਾ ਭੁੱਲ ਵੀ ਜਾਂਦਾ ਸਾਹਮਣੇ ਵਾਲਾ ਕੌਣ ਹੈ, ਕੀ ਲੱਗਦਾ ਮੇਰਾ, ਕਹਿੰਦੇ ਗੁੱਸੇ 'ਚ ਕਹਿਣਾ ਇਹਨਾਂ ਨੇ ਵੀ ਇਹਨਾਂ ਨੂੰ ਮਾੜਾ ਮੋਟਾ ਸਮਝਾਓ, ਮੂੰਹ ਵਿਖਾਉਣ ਘਰੇ ਆ ਜਾਂਦੇ ਆ, ਲੈ ਕੇ ਕੁਛ ਨਹੀਂ ਆਉਂਦੇ, ਵੀ ਜਾ ਤੇ ਹੋਵੇ ਕਮਾਉਂਦੇ ਨਹੀਂ, ਕੋਈ ਕੰਮ ਕਾਰ ਨਹੀਂ ਕਰਦੇ, ਮਾਇਆ ਵੀ ਕਮਾਉਂਦੇ ਆ, ਕਿਰਤ ਵੀ ਕਰਦੇ ਆ, ਸਭ ਕੁਝ ਕਰਦੇ ਆ, ਘਰੇ ਖਾਲੀ ਜੇਬਾਂ ਕਿਉਂ ਆਉਂਦੇ ਨੇ? ਭੈਣ ਨਾਨਕੀ ਨੇ ਆਪਣੀ ਭਰਜਾਈ ਨੂੰ ਬੜਾ ਪਿਆਰ ਕਰਨਾ, ਹੰਝੂ ਸਾਫ ਕਰਨੇ, ਪਾਣੀ ਪਿਲਾਉਣਾ, ਕੋਲ ਬਹਿ ਕੇ ਕਹਿਣਾ ਮੇਰੀ ਪਿਆਰੀ ਭਰਜਾਈਏ, ਤੂੰ ਮੈਥੋਂ ਬਹੁਤ ਛੋਟੀ ਹੈ, ਵੇਖ ਮੈਂ ਤੇਰੇ ਦੁੱਖ ਨੂੰ ਸਮਝ ਸਕਦੀ ਹਾਂ, ਪਰ ਇਹ ਥੋੜੇ ਦਿਨਾਂ ਦੀ ਗੱਲ ਹੈ, ਚੱਲ ਲੈ ਚੱਲ ਲੈ। ਉਹ ਕਿਉਂ ਕਹਿੰਦੇ ਆ ਵੀ ਅੱਜ ਤੇ ਮੇਰੇ ਕੋਲੋਂ ਲਾਂਭੇ ਦਿੰਦੇ ਆ, ਸ਼ਿਕਾਇਤਾਂ ਕਰਦੇ, ਜੇ ਕੱਲ੍ਹ ਨੂੰ ਜਾ ਕੇ ਆਪਣੇ ਬਾਪੂ ਜੀ ਨੂੰ ਕਹਿਤਾ, ਮਾਤਾ ਨੂੰ ਜਾ ਕੇ ਕਹਿਤਾ, ਫਿਰ ਗੱਲ ਕਿੱਥੇ ਜਾਊਗੀ? ਜਿੱਦਣ ਗੁਰੂ ਨਾਨਕ ਸਾਹਿਬ ਦੇ ਸਹੁਰਿਆਂ ਕੋਲ ਗੱਲਾਂ ਚਲੇ ਗਈਆਂ ਤੇ ਫਿਰ ਉਹ ਗੱਲਾਂ ਘਰ 'ਚ ਨਹੀਂ, ਫਿਰ ਘਰੋਂ ਬਾਹਰ ਹੋ ਜਾਂਦੀਆਂ ਨੇ। ਇਸ ਕਰਕੇ ਘਰ ਕੁਛ ਵੀ ਹੋਇਆ ਹੋਵੇ, ਸਿਆਣੇ ਬੰਦੇ ਨਾ ਲੂਣ ਨਾਲ ਰੋਟੀ ਖਾ ਕੇ ਵੀ ਕਹਿੰਦੇ ਅੱਜ ਛੋਲਿਆਂ ਨਾਲ ਖਾਧੀ ਹੈ, ਤੇ ਜਿਹੜੇ ਮੂਰਖ ਹੁੰਦੇ ਆ ਨਾ ਉਹ ਆਪਣੇ ਘਰ ਦੇ ਪਰਦਿਆਂ ਨੂੰ ਕਚਹਿਰੀਆਂ 'ਚ ਚੁੱਕਦੇ ਫਿਰਦੇ, ਲੋਕਾਂ ਸਾਹਮਣੇ ਜਲੂਸ ਕੱਢਦੇ ਫਿਰਦੇ, ਆਪਣਾ ਕਿਸੇ ਦਾ ਕੁਛ ਨਹੀਂ ਜਾਂਦਾ, ਆਪਣੇ ਨੁਕਸਾਨ ਹੁੰਦਾ, ਆਪਣਾ ਆਪ ਹੀ ਛੱਡਿਆ ਜਾਂਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭੈਣ ਜੀ ਕਹਿੰਦੇ ਇਸ ਹਲਕੀ ਜੀ ਲੜਾਈ ਨੂੰ ਕਵਰ ਕਰਦੇ, ਕਿਉਂਕਿ ਇਹ ਕੋਈ ਕਲੇਸ਼ ਨਹੀਂ ਹੈ, ਲੋਕ ਜੋ ਹੈ ਹਲਕੀ ਜੀ ਉਹ ਅਕਸੈਪਟ ਨਹੀਂ ਕਰ ਪਾ ਰਹੇ ਗੁਰੂ ਨਾਨਕ ਸਾਹਿਬ ਜੀ ਨੂੰ, ਕਿਉਂਕਿ ਗੁਰੂ ਸਾਹਿਬ ਆਪਣੇ ਆਨੰਦ 'ਚ ਰਹਿੰਦੇ ਆ, ਬੇਪਰਵਾਹੀ 'ਚ ਰਹਿੰਦੇ, ਉਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਵਿਆਹ ਹੋਇਆ ਅਤੇ ਖਰਚਾ ਚੁੱਕਣ ਕਰਦਾ,
कमाते हैं सब कुछ करते बाहर क्यों देखी आते माया पदार्थ दान पुन क्यों करते हैं। भैन नानक जी समझाते कहते भरजाई जी थोड़ा जा हौसला रखो मैनू दिस रहा सब कुछ असि सब कुछ वेखते हाँ मदर बचन सौ सिखवन दीनी जगत रीत लख साची चीनी। उन्हें उपदेश देना प्यार की सिक्ख्या देनी कहते ये जग की रीत है जिहड़ी तुसीं नभा रहे हो मेरे भ्राता जी जग दियां रीतां तो थोड़े दूर ने। जग की रीत की होंदी है जी समाज समाज की है समाज सिर्फ ते सिर्फ चमचा गिरी है इसको बद के समाज कुछ नहीं आखो सतनाम अज तुसीं किसे दी करोगे कल तुहाडी कोई करेगा घरे पानी ना पिलाओ अगला घरे नहीं बणदा जिन्ना तुसीं किसे दा करी जाओगे उन्ना तुहाडा करेगा इहनूं कहिंदे जागृत रीत। धर्म की दुनिया च ऐसा कुछ नहीं होंदा धर्म ते कहिंदा तैनूं लोड़ है भुख लगी ते लंगर चाहिए प्यास लगी ते खूह कुड़ा जी धर्म ते जरूर है पर जग की रीत कहती भुख होवे ना होवे प्यास होवे ना होवे जाओ रज्जिया नूं रजाओ जगत रीत है ना धर्म की रीत नहीं है। भैण नानकी जी कहते जग रीत है ग्रिस्त धर्म दी मेरा वीर फकीर सी पहला साधु सी बंदगी वाला सी रब रूप है उन्हूं इन्हां चीज़ां दा हौली हौली पता लगेगा। वो बिच बचाल ये नहीं कहते भी मेरा वीर ही नहीं नभा सकता तुसीं अपना सुन नहीं उन्हां नूं पता है कोई गल नहीं वक्त की गल है समा समा हुंदा समा ही हुंदा कई बार कोई इंसान माड़ा नहीं हुंदा वक्त दे तकाजियां करके कई बार सामने वाला सानू माड़ा लगता तो असीं उन्हूं लगते तो एक वक्त आउंदा है वह गुजर जाता है उही गल भुल जांदियां सारियां। भैण नानकी जी बड़े प्यार विच बिठा के रोज समझाउंदे आ कहिंदे रोज इन्हां ने बोलना रोज बोलना भी तुसीं जिन्ना मैनू समझाउंदे हो अपने भरा नूं वी समझा लिया करो। इत्थों तक गल आ गई भी जिन्ना तुसीं मेरे ते जोर ला दिंदे हो मैं तुहाडी हर गल मन्नदी आ तुहाडी हर गल फॉलो करदी आ कदे तुसीं अपने वीर नूं वी नहीं समझावो भी अपने घर परिवार बारे सोचो ज्यों चरत त्यों करिए काजो ज्यों सो करें रहो त्यों राजो। फिर इन्हां ने समझाया भैण नानकी जी नूं कहिंदे थोड़ी देर कट्टो औखी सौखी जिवें तुसीं क्या करोगे उवें करिया करांगे इह परिवार जोड़न दे तरीके हुंदे आ जिवें तुसी चाहोगे उस तरह होएगा यह कोई जादू की छड़ी है नहीं तुसी हुणी जो चाहे उन्हें उदा ही कीता। समा पाओ नवा नवा विआह होया अजे उन्होंने ग्रहस्त धर्म दीआं जिम्मेवारियां का नहीं पता देखो भैन जी किन्ने प्यार नाल पलाइट होके समझा रहे तां जो इन्हां दे अंदर उन्हां प्रति कोई हीण भावना इन्हां ने फिर कहना वह नहीं समझ सकते मैं बड़ी बार प्यार बुलाने की कोशिश की थी। लड़ाई तो छोड़ो गुस्से की बोलने को छोड़ो भी नहीं बोलते एक वक्त ऐसा आ जाता होता है तुहाडे नाल कोई ना बोले अलग गल है पर अगला वो तड़फण वाला कहिंदा दो शब्द गुस्से दे बोल दे मैनूं वो भी चंगे लगदे आ खो सतनाम बोलते सही कुछ हुण गुरु नानक साहब नहीं बोलते बुलाउंदे नहीं किसे गल दा जवाब नहीं दिंदे पर माता सुलखणी जी चाहते सी जे कि बोल पैन गलबात का जवाब ही देन लग जान ता भी समझो भी वह अपने परिवार के विच ध्यान रखते हैं। हुण ये गल्लां जयराम जी तो परदे चलदियां वो कम ते चले जाते हैं साढ़े माता सुलखणी जी ने बरलाप करना बड़े दुखी होना कहिंदे मेरा चित करदा मैं छड के अपने पेके चले जावां इत्थे की है कदरी कोई नहीं है पर भैण नानकी जी नूं कहिंदे सारा कुछ संभालना हुण गुरु नानक साहिब महाराज घरे आउण ते बह के गल करन सतगुर ते घरे आउंदे नहीं सब बिद आप चतर सो सियाणा क्या समझाव नहीं इयाणा। हुण स्पष्ट गल्लां भैण नानकी ने तीजे दे नाखियां कहिंदे मैं तां समझावां जे ओह अणजाण होवे जे ओहनूं पता कख ना होवे भैणे मेरीए वो ते रब रूप है परमात्मा है बंदगी वाला है पर इन्हां नूं थोड़ी परमात्मा नजर आंदे आ वक्त आएगा समा आएगा जिद्दण पछाण होवेगी ते पति नहीं परमेश्वर नहीं अजे थोड़ा पछाण अजे ते पिता नूं पछाण नहीं होई वह कहिंदे मेरा पुत कमाउंदा कुछ नहीं जिन्ने कमाउंदा डाई जांदा लोकां दे डाई जांदा इहनूं समझ फेर आऊगी विआह तों बाद पर मैनूं लगदा वह आके कहणगे वीर हजे भी नहीं समझ
हजे उन्हां तक ते गल नहीं ना गई। भैन नानकी जी समझाउंदे आ कि मेरे बस का कर्म नहीं है, मैं उन्हां नूं की समझावां, सब कुछ जानदे आ, खुद जानी जानदे। पत ते तजहु सो मत प्रतिकूल, सदा देसो रहो नकूल। तुसीं अपने पति परमेश्वर दे अधीन चलो, ऐवें उन्हां दे उल्ट ना सोचो, धरा ना खड़ा करो। ਵੀ ਤੁਸੀਂ ਸੋਚੋ ਮੇਰੇ ਮੁਤਾਬਕ ਚੱਲਣ, ਜਿੰਨੇ ਪੈਸੇ ਮੈਂ ਮੰਗਾਂ ਉਨੇ ਦੇਣ, ਉਹਨਾਂ ਸਮਿਆਂ ਦੀਆਂ ਗੱਲਾਂ ਨੀ, ਆਦਿਤਿਆ ਗੱਲਾਂ ਕਿਸੇ ਕੰਮ ਨਹੀਂ। ਜਦੋਂ ਇਹ ਬਚਨ ਆਖੇ ਮਾਤਾ ਸੁਲੱਖਣੀ ਕਹਿੰਦੇ ਸਤ ਬਚਨ, ਇਹ ਵੀ ਕਰਕੇ ਵੇਖ ਲਏ, ਮੈਂ ਉਹਨਾਂ ਬਾਰੇ ਕੁਛ ਨਹੀਂ ਸੋਚਾਂਗੀ, ਉਹਨਾਂ ਬਾਰੇ ਕੁਛ ਨਹੀਂ ਬੋਲਾਂਗੀ। ਕਿਉਂਕਿ ਜਿਸ ਦਿਨ ਤੋਂ ਇਹਨਾਂ ਨੇ ਬੋਲਣਾ ਸ਼ੁਰੂ ਕੀਤਾ, ਗੁਰੂ ਸਾਹਿਬ ਨੇ ਘਰੇ ਆਉਣਾ ਬੰਦ ਕਰਤਾ, ਰੋਟੀ ਖਾਣੀ ਛੱਡਤੀ, ਪਾਣੀ ਪੀਣਾ ਛੱਡਤਾ, ਕੱਪੜੇ ਨਹੀਂ ਮੰਗਦੇ, ਆਪਣੇ ਬਸਤਰ ਆਪ ਹੀ ਧੋਤੂ ਲੈਂਦੇ ਆ, ਆਪ ਹੀ ਪਾ ਕੇ ਬਾਹਰ ਫਕੀਰਾਂ ਨਾਲ ਹੀ ਰਹਿੰਦੇ ਜ਼ਿਆਦਾਤਰ। ਹੁਣ ਜਿੰਨਾ ਜਿੰਨਾ ਬੋਲਦੇ ਸੀ ਉਹਨਾਂ ਉਹਨਾਂ ਗੁਰੂ ਸਾਹਿਬ ਦੂਰ ਹੋ ਰਹੇ ਸਨ, ਉਹਨਾਂ ਉਹਨਾਂ ਦੂਰ ਜਾ ਰਹੇ ਨੇ। ਕਹਿੰਦੇ ਵਕਤ ਬਤੀਤ ਹੁੰਦਾ ਗਿਆ, ਕਾਫੀ ਦਿਨ ਏਦਾਂ ਗੁਜ਼ਰ ਗਏ। ਜੋ ਕੁਛ ਲਾਲਸ ਹੋਏ ਪਦਾਰਥ, ਕਹਿ ਮੋਸੋ ਬੇਬੇ ਨਾਨਕੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਉਹਨਾਂ ਨੂੰ, ਤੁਸੀਂ ਕੁਛ ਨਹੀਂ ਕਹਿਣਾ, ਆਪਣੇ ਆਪ ਬਦਲ ਜਾਣਗੇ, ਤੁਹਾਨੂੰ ਕਿਸੇ ਪਦਾਰਥ ਦੀ ਮਾਇਆ ਦੀ ਲੋੜ ਹੁੰਦੀ ਸਾਨੂੰ ਦੱਸ ਰਿਹਾ ਕਰੋ, ਅਸੀਂ ਦੇਵਾਂਗੇ। ਉਹ ਕਵਰ ਕਰ ਰਹੇ ਨੇ ਸਭ ਕੁਛ, ਵੀ ਚਲੋ ਜੇ ਸਮਾਂ ਆਏ, ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਮੌਜ ਦੇ ਮਾਲਕ ਨੇ, ਚੋਣ ਕੀ ਨਹੀਂ ਕਰ ਸਕਦੇ। ਜ਼ਿਆਦਾ ਹੋਵੇ ਨਾ, ਕਿਉਂਕਿ ਅਣਜਾਣ ਵਿਅਕਤੀ ਆ, ਉਹ ਜਾਣਦਾ ਹੀ ਕੁਛ ਨਹੀਂ, ਉੱਥੇ ਪਰਮੇਸ਼ਵਰ ਨੇ, ਪਰਮਾਤਮਾ ਨੇ, ਫਕੀਰ ਸਾਧੂ ਨੇ, ਸਭ ਕੁਛ ਜਾਣਦੇ ਆ। ਪਰ ਭੈਣ ਜੀ ਜਾਣਦੇ ਨੇ, ਇਹ ਵੀ ਗੁਰੂ ਸਾਹਿਬ ਦਾ ਜੋਰ ਹੈ, ਕੋਈ ਭੈਣ ਡੋਲੀ ਨਹੀਂ, ਉਹਦਾ ਵਿਸ਼ਵਾਸ ਅਜੇ ਵੀ ਪੂਰਾ ਹੈ ਵੀ ਸਤਿਗੁਰਾਂ ਦਾ ਇਹ ਕੋਈ ਜੋਰ ਹੈ, ਇਹ ਕਰਾਮਾਤ ਹੈ ਕੋਈ ਜਿਹੜੀ ਖੇਡ ਵਰਤਾ ਰਹੇ ਨੇ। ਜਾਣਹੁ ਭਲਾ ਕੰਤ ਅਨੁਸਾਰ ਹੋਵੇ ਸਰਬ ਭਾਂਤ ਸੁਖ ਭਰ। ਅਗਲਾ ਵਚਨ ਸਮਝਾਉਂਦੇ ਕਹਿੰਦੇ ਰੱਬ ਦੀ ਬਣਾਈ ਹੋਈ ਨੀਤ ਚੱਲ ਰਹੀ ਹੈ, ਜੋ ਤੁਹਾਡੇ ਨਾਲ ਹੋ ਰਿਹਾ ਭਲਾ ਹੋ ਰਿਹਾ। ਹੁਣ ਆਪਣੇ ਨਾਲ ਹੋਇਆ ਹੋਵੇ ਕੁਛ ਮਾੜਾ, ਜਿਹਨੂੰ ਆਪਾਂ ਮਾੜਾ ਸਮਝੀਏ, ਅਤੇ ਸਾਹਮਣੇ ਵਾਲਾ ਬੰਦਾ ਕਿਹਾ ਲੈ ਕੋਈ ਨਹੀਂ ਚੰਗਾ ਹੀ ਹੋਇਆ, ਅਤੇ ਕਿੰਨਾ ਗੁੱਸਾ ਆਉਂਦਾ ਜੀ, ਵੀ ਜੇ ਕਿਤੇ ਤੇਰੇ ਨਾਲ ਹੋਇਆ ਹੁੰਦਾ ਤੈਨੂੰ ਫੇਰ ਪਤਾ ਲੱਗਦਾ। ਸੋਚਦੇ ਹਾਂ ਨਾ, ਸਾਹਮਣੇ ਭਾਵੇਂ ਕੁਛ ਨਾ ਕੀ ਕਰਦਾ ਨਾ ਬੰਦਾ। ਕਹਿੰਦੇ ਉਹ ਭੈਣ ਜੀ ਸਪਸ਼ਟ ਕਹਿੰਦੇ ਆ, ਕਹਿੰਦੇ ਜੋ ਰੱਬ ਕਰਦਾ ਚੰਗਾ ਕਰਦਾ, ਮਨ ਵਿੱਚ ਬੜਾ ਗੁੱਸਾ ਹੈ ਵੀ ਰੱਬ ਨੇ ਫਿਰ ਮੇਰੇ ਨਾਲ ਹੀ ਕਰਨਾ ਸੀ, ਆਖੋ ਸਾਰਾ ਨਾਮ ਮੇਰਾ ਕੀ ਪੈਰ ਸੀ, ਮੈਂ ਉਹਦਾ ਕੀ ਬਣਾ ਲਿਆ। ਸੁਭਾਵਿਕ ਗੱਲਾਂ ਨੇ, ਮਨ ਤੇ ਆਉਂਦੀਆਂ ਨੇ, ਮਨੁੱਖਾ ਸਰੀਰ ਹੈ, ਮਨੁੱਖਾ ਮਨ ਹੈ। ਕਹਿੰਦੇ ਜਦੋਂ ਉਹਨਾਂ ਨੇ ਦੱਬੇ ਘੁੱਟੇ ਸੁਣੀ ਗਏ, ਹੁਣ ਕੌਣ ਕਹਿੰਦਾ ਵੀ ਸਾਡੇ ਘਰ ਲੜਾਈ ਹੋਵੇ ਤੇ ਜੀ ਰੱਬ ਨੇ ਚੰਗਾ ਕੀਤਾ। ਹਾਂ, ਗੁਆਂਢੀਆਂ ਦੇ ਘਰੇ ਡਾਂ ਕੱਢ ਕੇ ਕਹਿੰਦੇ ਵੇਖਿਆ ਰੱਬ ਨੇ ਵਿਖਾਏ ਨਾ ਤਾਰੇ, ਆਖੋ ਸਤਿਨਾਮ, ਸਾਡੇ ਨਾਲ ਪੰਗੇ ਹੁੰਦੇ ਸੀ, ਸਾਨੂੰ ਗਾਲਾਂ ਕੱਢਦੇ ਸੀ, ਹੁਣ ਹੋਇਆ ਨਾ ਆਪਣੇ ਘਰੇ ਕਲੇਸ਼, ਉਦੋਂ ਸਾਨੂੰ ਲੱਗਦਾ ਵੀ ਰੱਬ ਚੰਗਾ ਕਰਦਾ, ਜੇ ਉਹੀ ਡਾਂਗ ਸੋਟਾ ਸਾਡੇ ਘਰੇ ਹੈ ਫਿਰ ਵੀ ਕਰਾਂਗੇ। ਕਹਿੰਦੇ ਰੱਬਾ ਸਵਰਲੀ ਦਾ ਜਰਨਾ ਵੇਖਣਾ ਸੀ ਤੇਰਾ ਕੀ ਚੱਕਿਆ, ਫਿਰ ਬੰਦਾ ਹੋਰ ਤਰ੍ਹਾਂ ਸੋਚਦਾ। ਹੁਣ ਜਦੋਂ ਭੈਣ ਨਾਨਕੀ ਨੇ ਸਮਝਾਇਆ, ਉਹਨਾਂ ਦਾ ਸਮਝਾਉਣਾ ਬੜਾ ਗਹਿਰਾ ਹੈ, ਪਰ ਮਾਤਾ ਸੁਲੱਖਣੀ ਜੀ ਜੋ ਸਤਿਗੁਰਾਂ ਦੇ ਧਰਮ ਪਤਨੀ ਨੇ, ਕਹਿੰਦੇ ਸੁਣ ਕੇ ਥੋੜਾ ਜਿਹਾ ਦਲਾਸਾ ਕਰ ਲੈਂਦੇ ਨੇ, ਹਲਕਾ ਫੁਲਕਾ ਫਿਰ ਡੋਲ ਜਾਂਦੇ ਨੇ। ਮਦਰ ਗਿਰਾ ਕੀ ਸੀਖ ਸੁਣੀ ਜਬ, ਤੂਸ਼ਨ ਭਈ ਸੁਲੱਖਣੀ ਮੁਖ ਤਬ। ਮਿੱਠਾ ਸੁਣ ਕੇ, ਪਿਆਰ ਦੇ ਬਚਨ, ਦਲਾਸਾ ਸੁਣ ਕੇ ਹੌਸਲਾ ਹੋਇਆ, ਰੋ ਕੇ ਆਪਣੇ ਹੰਝੂਆਂ ਦਾ ਦੁੱਖ ਡੋਲ ਲਿਆ। ਰੋਣਾ ਚੰਗਾ ਹੈ ਜ਼ਿੰਦਗੀ ਦੇ ਵਿੱਚ, ਜਿੰਨਾ ਇਨਸਾਨ ਵੱਧ ਤੋਂ ਵੱਧ ਰੋਏਗਾ ਉਨਾ ਮਨ ਹਲਕਾ ਹੋਏਗਾ। ਜਿਹੜਾ ਬੰਦਾ ਰੋਂਦਾ ਨਹੀਂ ਨਾ, ਸੱਚੀ ਉਹਦੇ ਤਨ ਤੇ ਬਹੁਤ ਦੁੱਖ ਨੇ, ਬੜੇ ਰੋਗ ਨੇ। ਅੱਖਾਂ ਚੋਂ ਹੰਝੂ ਵਹਾਉਣ ਵਾਲੇ ਲੋਕੀ ਵਕਤੀ ਤੌਰ ਤੇ ਦੁਖੀ ਹੁੰਦੇ ਨੇ, ਪਰ ਉਹ ਆਪਣਾ ਦੁੱਖ ਰਿਲੀਜ਼ ਕਰ ਲੈਂਦੇ ਨੇ। ਕਹਿੰਦੇ ਰੋਏ ਖੂਬ, ਤੇ ਭੈਣ ਨਾਨਕੀ ਨੇ ਵੀ ਕਿਹਾ ਰੋ, ਕੋਈ ਗੱਲ ਨਹੀਂ। ਪੁਰਾਣੇ ਸਮੇਂ ਨਾਲ ਲੋਕੀ ਰੋਂਦਿਆਂ ਨੂੰ ਚੁੱਪ ਨਹੀਂ ਸੀ ਕਰਾਉਂਦੇ ਹੁੰਦੇ, ਕਦੇ ਪੁੱਛਿਓ ਬਜ਼ੁਰਗਾਂ ਨੂੰ, ਜਦ ਕਿਸੇ ਦਾ ਪਤੀ ਚਲੇ ਜਾਣ ਉਹਨੇ ਰੋਣਾ, ਕਿਤੇ ਚੁੱਪ ਨਾ ਕਰਾਓ, ਜੇ ਇਹਨੂੰ ਚੁੱਪ ਕਰਾਤਾ ਨਾ ਇਹਨੇ ਸਾਰੀ ਜ਼ਿੰਦਗੀ ਰੋਣਾ ਹੈ, ਰੋਣ ਦੀ ਮੌਤ। ਕਿਸੇ ਦੇ ਸੱਟ ਵੱਜਣੀ, ਕਿਸੇ ਨੇ ਵਿਛੜ ਜਾਣਾ, ਚੁੱਪ ਨਹੀਂ ਸੀ ਕਰਾਉਂਦੇ ਲੋਕੀ, ਕੋਲ ਬੈਠੇ ਰਹਿਣੇ ਬਦਲਾ ਸਾਜ ਦੇ ਕੇ, ਚੁੱਪ ਰਹਿਣਾ ਗੁਰੂ ਲੈਣਦੇ, ਤਾਂ ਮਨ ਹਲਕਾ ਹੋ ਜਾਵੇ। ਅਤੇ ਅੱਜ ਇਹਨੇ ਨਕਲੀ ਆਸੇ ਹੱਸਦੇ ਫਿਰਦੇ, ਪੁੱਛੋ ਤੇ ਸਹੀ ਰੋਂਦਾ ਕੋਈ,
ਅਸੀਂ ਜਿੱਥੇ ਬਹਿ ਜਾਈਏ ਚਾਹ ਪੀਣ ਰੋਣਾ ਧੋਣਾ ਹੀ ਖਿਲਾ ਦੇਈਦਾ ਆਖੋ ਸਤਨਾਮ। ਅਗਲਾ ਕਹਿੰਦਾ ਯਾਰ ਚਾਹ ਦਾ ਹੀ ਸਵਾਦ ਮਾਰਤਾ ਛੱਡ ਯਾਰ ਅੱਜ ਨਹੀਂ ਪੀਣਾ, ਕਿਉਂ ਅਸੀਂ ਇਕੱਲੇ ਬਹਿ ਕੇ ਇੰਜੋਏ ਕਰੇ, ਅੱਖਾਂ ਦੇ ਹੰਝੂ ਕਦੇ ਨਹੀਂ ਕੱਢੇ, ਉਹ ਥਾਂ ਥਾਂ ਤੇ ਖਿਲਾਰਦੇ ਬੰਦੇ। ਕਹਿੰਦੇ ਮਾਤਾ ਸੁਲੱਖਣੀ ਜੀ ਖੂਬ ਰੋਏ ਤੇ ਉਸ ਵੇਲੇ ਭੈਣ ਨਾਨਕੀ ਨੇ ਦਲਾਸਾ ਦਿੱਤਾ, ਕਹਿੰਦੇ ਦਲਾਸਾ ਲੈ ਕੇ ਇੱਕ ਮਹੀਨਾ ਬਤੀਤ ਹੋ ਗਿਆ। ਆਸਰਾ ਸੀ ਚਲੋ ਚੇਂਜ ਹੋ ਜਾਣਗੇ, ਬਦਲ ਜਾਣਗੇ, ਸੁਭਾਅ ਵਿੱਚ ਕੋਈ ਨਰਮੀ ਆਵੇਗੀ। ਸਦਨ ਗਈ ਪੁਨੇ ਆਪਣੇ ਮਨ ਸਚਿੰਤਨ ਨਿਤ ਹੋਏ, ਸਮਾਂ ਬਿਤਾਵਣ ਕਿਤਕ ਕਹਿ ਮੁਖ ਤੇ ਤੂਸ਼ਣ ਹੋਏ। ਮਾਤਾ ਸੁਲੱਖਣੀ ਜੀ ਆਪਣੇ ਘਰ ਆ ਕੇ ਚੁੱਪ ਰਹਿੰਦੇ ਨੇ, ਚੁੱਪ ਦਾ ਮਤਲਬ ਇਹ ਨਹੀਂ ਵੀ ਉਹ ਬਹੁਤ ਖੁਸ਼ ਨੇ, ਉਹਨਾਂ ਨੇ ਬੜਿਆਂ ਦਰਿਆਵਾਂ ਤੇ ਦਿਲ ਤੇ ਕਾਬੂ ਪਾ ਲਿਆ, ਵਕਤ ਵੱਲ ਵੇਖਦੇ ਆ, ਤੇਲ ਤੇ ਤੇਲ ਦੀ ਧਾਰ ਵੱਲ ਵੇਖਦੇ, ਕਹਿੰਦੇ ਰੱਬਾ ਕਦੇ ਤੇ ਚੰਗਾ ਦਿਨ ਆਊਗਾ, ਕਦੇ ਤੇ ਪਤੀ ਕੋਲ ਬਹਿ ਕੇ ਗੱਲ ਕਰਨਗੇ। ਅਜੇ ਤੇ ਵੀ ਨਹੀਂ ਕਿਹਾ ਜਾ ਸਕਦਾ ਵੀ ਵਿਆਹ ਨੂੰ 10 ਸਾਲ ਹੋ ਗਏ, 20 ਸਾਲ ਹੋ ਗਏ, ਵੀ ਚੱਲ ਲੜਾਈਆਂ ਆਮ ਗੱਲਾਂ ਨੇ, 2-3 ਮਹੀਨਿਆਂ ਦੀ ਗੱਲ ਕਦੇ ਤੇ ਹੋਣਗੇ। ਕਹਿੰਦੇ ਇਹਨਾਂ ਦਾ ਚੁੱਪ ਚੁੱਪ ਰਹਿਣਾ ਭੈਣ ਨਾਨਕੀ ਨੂੰ ਵੀ ਚੰਗਾ ਨਹੀਂ ਲੱਗਦਾ, ਉਹ ਵੀ ਦੇਖ ਕੇ ਅੰਦਰੋਂ ਪਰੇਸ਼ਾਨ ਹੋ ਜਾਂਦੇ ਕਈ ਵਾਰ ਵੀ ਸਾਡੇ ਭਰਜਾਈ ਜੀ ਚੁੱਪ ਚੁੱਪ ਰਹਿੰਦੇ ਆ, ਉਹਨਾਂ ਨੇ ਕਈ ਵਾਰ ਘਰ ਆ ਜਾਣਾ, ਉੱਧਰ ਲੈ ਜਾਣਾ, ਕੁਝ ਖਵਾ ਜਾਣਾ, ਕੁਝ ਦੇ ਜਾਣਾ, ਤਾਂ ਜੋ ਮਨ ਲੱਗਿਆ ਰਹੇ ਵੀ ਇਕੱਲਾ ਮਹਿਸੂਸ ਨਾ ਕਰਨ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦਿਨਾਂ ਦੇ ਵਿੱਚ ਬਿਲਕੁਲ ਨਹੀਂ ਆਉਂਦੇ। ਤੁਸੀਂ ਕਹੋ ਕਿ ਇਹ ਕੀ ਗੱਲ ਹੈ, ਚੰਗੀ ਗੱਲ ਨਹੀਂ? ਇਹਨਾਂ ਗੱਲਾਂ ਦਾ ਤੁਹਾਨੂੰ ਕਥਾ ਸੁਣਦਿਆਂ 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 4 ਉਦਾਸੀਆਂ ਵੇਲੇ ਪਤਾ ਲੱਗੇਗਾ ਜਿਹੜਾ ਰੱਬ ਦੀਆਂ ਗੱਲਾਂ ਕਿੰਨੀਆਂ ਗਹਿਰੀਆਂ ਹੁੰਦੀਆਂ, ਇਹ ਕਿਉਂ ਗੈਪ ਰੱਖਦੇ ਆ। ਜਦੋਂ ਉਦਾਸੀਆਂ 'ਤੇ ਜਾਣਗੇ ਅਤੇ ਜੇ ਮਰਜ਼ ਬਹੁਤਾ ਘਰ 'ਚ ਰਹਿੰਦੇ ਤਾਂ ਫਿਰ ਉਹਨਾਂ ਨੇ ਜਾਣ ਦੇ ਦੇਣਾ ਸੀ, ਰੋਂਦੇ ਨਾ ਪਿੱਛੋਂ ਸਾਰੇ ਵੀ ਕਿਉਂ ਚੱਲੇ ਹੋ। ਪਹਿਲਾਂ ਹੀ ਇਹੋ ਜਿਹਾ ਹਿਸਾਬ ਰੱਖ ਲਿਆ ਵੀ ਸਾਡੇ ਗਿਆ ਕੋਈ ਕੰਮ ਨਾ ਕਰੇ, ਆਖੋ ਸਤਨਾਮ। ਇਹ ਮੇਨ ਗੱਲ ਹੈ, ਵੈਸੇ ਵੀ ਦੱਸਣੀ ਨਹੀਂ ਸੀ ਕਿਉਂਕਿ ਆਉਣ ਵਾਲੇ ਸਮੇਂ 'ਚ ਆਉਣੀ ਸੀ। ਮੈਂ ਕਿਹਾ ਚਲੋ, ਕਿਉਂਕਿ ਸਾਡੀ ਜਿਹੜੀ ਬਿਰਤੀ ਆ ਨਾ ਉਹ ਐਡੀ ਬੰਦਗੀ ਵਾਲੀ ਤਾਂ ਹੈ ਨਹੀਂ ਵੀ ਅਸੀਂ ਸਮਝ ਲਈਏ, ਸਾਡਾ ਮਨ ਸਵਾਲ ਹੀ ਕਰਦਾ ਰਹਿੰਦਾ ਇੱਦਾਂ ਕਿਉਂ ਇੱਦਾਂ ਕਿਉਂ, ਕਿਉਂਕਿ ਅਸੀਂ ਹਰ ਚੀਜ਼ ਗੁਰੂ ਦੀ ਵੀ ਆਪਣੇ ਨਾਲ ਆ ਕੇ ਵੇਖਦੇ ਹਾਂ ਵੀ ਯਾਰ ਜੇ ਮੈਂ ਇੱਦਾਂ ਨਹੀਂ ਕਰ ਸਕਦਾ ਮਹਾਰਾਜ ਜੀ ਕਿਵੇਂ ਕਰਦੇ, ਸਾਡੇ ਨਾਲ ਇੱਦਾਂ ਹੋ ਜਾਂਦਾ, ਉਹਨਾਂ ਨਾਲ ਵੀ ਇੱਦਾਂ ਹੋ ਗਿਆ, ਅਸੀਂ ਇੱਥੇ ਖੜੇ ਹਾਂ। ਹਾਂ, ਜਿਹਨਾਂ ਦਾ ਤਨ ਉੱਚਾ ਬੰਦਗੀ ਕਰਕੇ ਉਹ ਅਲੱਗ ਗੱਲਾਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਈ ਵਾਰ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਘਰ ਜਾ ਆਓ ਪ੍ਰਸ਼ਾਦਾ ਲੈ ਆਓ, ਕਹਿੰਦੇ ਬਾਲਿਆ ਤੂੰ ਹੀ ਲੈ ਭਾਈ, ਤੂੰ ਜਾਇਆ ਭੈਣ ਜੀਆਂ ਨੂੰ ਜਾ ਕੇ ਕਹਿ ਦਿਓ ਪ੍ਰਸ਼ਾਦਾ, ਉਹਨਾਂ ਇਹ ਵੀ ਨਹੀਂ ਕਦੇ ਕਹਿਣਾ ਵੀ ਭਰਜਾਈ ਨੂੰ ਜਾ ਕੇ ਕਿਉਂ ਪ੍ਰਸ਼ਾਦਾ ਭੇਜੋ, ਕਿਉਂਕਿ ਜੇ ਘਰੋਂ ਤਾਂ ਨਹੀਂ ਮੰਗਾਉਂਦੇ ਜਦੋਂ ਆਪਾਂ ਦਿੰਦੇ ਹੀ ਕੁਛ ਨਹੀਂ, ਆਖਰ ਸਤਨਾਮ ਆਪਾਂ ਰਾਸ਼ਨ ਹੀ ਨਹੀਂ ਕਦੇ ਪਾਇਆ, ਰੋਟੀ ਕਿੱਥੋਂ ਹੋਊਗੀ। ਜਦ ਵੀ ਸੁਨੇਹਾ ਆਉਣਾ ਭੈਣ ਨਾਨਕੀ ਕੋਲ ਆਉਂਦਾ ਏ, ਤੋਹਰ ਚੰਦ ਬਦਨ ਸੁਮਤੀ ਸਦਨ ਕੁਮਤ ਨਿਕਦਨ ਉਧਾਰ ਰੂਪ ਉਮਾ ਬਾਨੀ ਰਮਾ ਤਾਂਕੋ ਨਮੋ ਹਮਾਰ। ਅਗਲੇ ਨਵੇਂ ਪ੍ਰਸੰਗ ਦੀ ਆਰੰਭਤਾ ਕਰਦੇ ਹੋਏ ਭਾਈ ਬਾਲਾ ਜੀ ਸਿਫਤ ਕਰਦੇ ਨੇ ਗੁਰੂ ਨਾਨਕ ਸਾਹਿਬ ਦੇ ਦਰ ਦੀ, ਉਹਨਾਂ ਦੀ ਮਹਿਮਾ ਦੀ। ਕਹਿੰਦੇ ਇਹ ਗੁਰੂ ਸਾਹਿਬ ਦੀ ਮਾਇਆ ਏ, ਇਹਨੂੰ ਮਾਇਆ ਕਹਿੰਦੇ ਆ, ਦਿਸਦਾ ਕੀ ਹੈ ਲੱਗਦਾ ਕੀ ਹੈ ਤੇ ਦਿਸ ਤੇ ਲੱਗ ਕੇ ਬੰਦਾ ਸੋਚਦਾ ਕਈ ਵਾਰ ਕੁਛ ਹੋਰ। ਇੱਥੇ ਸ਼ਰਧਾ ਵਾਲੇ ਥਿਰਕਣਗੇ ਨਹੀਂ, ਜਿਹੜੇ ਮੇਰੇ ਵਰਗੇ ਹੋਣਗੇ ਨਾ ਉਹ ਸੋਚਣਾ ਹੈ ਯਾਰ ਬਾਬੇ ਦੇ ਘਰ ਕੋਈ ਲੜਾਈ ਸੀ, ਉੱਥੇ ਵੀ ਇਹਦਾ ਸੀ ਨਹੀਂ, ਖੇਡਾਂ ਸੀ ਗੁਰੂ ਸਾਹਿਬ ਦੀਆਂ। ਗੁਰੂ ਅੰਗਦ ਦੇਵ ਜੀ ਸੁਣ ਕੇ ਹੱਥ ਜੋੜ ਕੇ ਬੈਠ ਗਏ। ਭਾਈ ਬਾਲਾ ਜੀ ਜਿਸ ਵੇਲੇ ਸੁਣਾਉਂਦੇ ਆ, ਕਹਿੰਦੇ ਮੇਰੇ ਸਤਿਗੁਰੂ ਗ੍ਰਿਸਤ ਧਰਮ ਵਿੱਚ ਰਹਿ ਕੇ ਵੀ ਗ੍ਰਿਸਤੋਂ ਮੈਂ ਤੂੰ ਵੱਡੋ ਗ੍ਰਿਸਤੀ, ਗ੍ਰਿਸਤੀਆਂ ਚ ਤੂੰ ਵੱਡਾ ਗ੍ਰਿਸਤੀ ਹੈ, ਪੀਰਾਂ ਚ ਤੂੰ ਵੱਡਾ ਪੀਰ ਹੈ, ਫਕੀਰਾਂ ਚ ਤੂੰ ਵੱਡਾ ਫਕੀਰ ਹੈ, ਐਸਾ ਤੇਰੇ ਵਰਗਾ ਹੈ ਕੋਈ? ਕਹਿੰਦੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਬੜੇ ਪਿਆਰ ਚ ਰਹਿੰਦੇ ਆ। ਹੁਣ ਸੰਸਾਰ ਸੋਚਦਾ ਹੈ ਜਿੱਥੇ ਨਾ ਸੁਭਾਵਿਕ ਗੱਲ ਹੈ, ਇਹ ਮੈਂ ਤਾਂ ਕਲੀਅਰ ਕਰਦਾ ਜਾਂਦਾ ਵੀ ਤੁਹਾਨੂੰ ਸਮਝਣਾ ਹੋਰ ਸੌਖਾ ਹੋ ਜਾਏ। ਪਤਨੀ ਦੇ ਸਾਹਮਣੇ ਕੋਈ ਵੀ ਪਤੀ ਆਪਣੀ ਭੈਣ ਦੀਆਂ ਸਿਫਤਾਂ ਨੂੰ ਬਹੁਤੀਆਂ ਕਰੇ, ਘਰ ਵਸਾਉਣ ਦੇ ਚਾਲੇ ਨਹੀਂ ਹੁੰਦੇ, ਆਖੋ ਸਤਨਾਮ। ਇੱਕ ਦਿਨ ਅਗਲੀ ਕਹਿ ਦਿੰਦੀ ਫਿਰ ਭੈਣ ਦੇ ਘਰ ਹੀ ਚਲੇ ਜਾ, ਭੈਣ ਭੈਣ ਦਾ ਹੀ ਸਾਰਾ ਦਿਨ,
वक्त आऊगा तेन दस दिन भैं की होंदिया ने सुभाव हूँ। गुरु नानक साहब मर्द ने उतरों भोजन मंगा भैन जी कह देना माता सुलखणी यह भी नहीं चंगा लगता भी भैन नाले घोले मिले ने भैन क्यों नहीं समझूगी क्यों नहीं कहती अपने भरा इन्हों का भी दुख वेख इन्हों को भी बह कद आके कहती वो मन मटाव उधर से है इधर भी रूह भी ना भी ये जान बुझ के नहीं चाहते साडा घर वसे सुभाविक गल है जब भी किसी का घर खराब होंगे दोष नणदा के सिर भी आते होंगे अज भी आए भी ये नहीं घर वसन दिंदियां अपने घर नहीं टिकदियां तो साढ़े घर का भेद लेंदियां कौन की करता है लड़ाई का कारण। पर उस वेले माता सुलखणी जी कदे कदे सोचते हैं भी सतगुरां दे भैण जी क्यों नहीं समझाते अपने भरा वड्डे नहीं उम्र के जबकि ऐसा कुछ नहीं है भैन नानकी इसलिए नहीं समझाते भी मेरा वीर रब है परमात्मा है परमेश्वर है मेरी की औकात है मैं कुछ बोला मर्जी के मालिक ने क्यों जानते नहीं करे की हो रहा है वो सब कुछ जानते हैं। श्री बल्ला सुंदर वाच चौपाई अस प्रकार कछ समा बितायो मिलन हेत तब मूल आयो। जो कि गल जयराम जी को गई उन्होंने बड़े दिलासे दिते बड़िया गलां कीतियां क्योंकि वह बजोले भी आ गुरु साहब नूं भी आख्या आख्या मर्ज माड़ा मोटा घर गेड़ा मर्ज बह जा करो उन्होंने कहे सतगुर कदे कदाई आ जाते पर मन उत्थे हुंदा रोटी खांदे फ्री करके आ जाते हुण जदों ये बतीत हुंदा रहा वक्त घुट घुट के माता सुलखणी अंदर बह बह रोंदी रही अपने पिता बाबल नूं कोसणा इस जिंदगी नालों बापू खूह च धक्का दे दिंदा ते चंगा सी इत्थों तक सोचदे सी कहिंदे रब सबबी उधर पिता जी का मन ना लगे जो धियां ते दुख हुंदा ना तो सच्ची बापू नूं पिंड बैठे नींद नहीं आती उहदा ख्याल जाई जाओ बार बार उदों कहिड़ा फोन हुंदे सी मन च रोज ख्याल आना अपनी पत्नी चंदो राणी नाल गल करनी कहिंदी मैनूं इदां लगदा है कि मेरी धी खुश नहीं वो कहते नहीं जवाई अपना इन्ना चंगा है परिवार इन्ना चंगा वो तो खुश हो तो सू याद भी नहीं करती होनी चलो सह सुभा पिता जी तुर गए इधर मूल चल जी अगे भी आते मिल अज भी आए जो आए ना चल के घर प्रवेश होख्या गुरु नानक साहब के घर है ही नहीं सी ये चीज़ उन्होंने भी खड़ गई सी भी पहला भी जब मैं मिलना आया उदो भी मोदी खाने थे मोदी खाना ना हो गया राज तिलक हो गया भी जद वेखो उत्थे रहिंदे आ हुण इस बात की सोच सी सतगुरां दे सोहरा साहिब चुप चपीते बिना दसे अज पिंड आ गए सदन सुता के पर विछो जब ही उम गया ने हो अधिक मन तब ही अजे किसे गल दा नहीं सी पता नवा घर वेख के बड़ी खुशी होई कहिंदे मेरे जवाई ने बड़ा सोहना घर बना लिया भावे नहीं इतने मोदी खाते थे खुशी भी हो गई अजे धी नहीं पता मेरा बाबल घर आ गया उधर बैठे ने उदास नेत्र भरे हुए सहज सुभा पिता बहर खड़ के ना हाथ से झोला भरे है कुछ पदार्थ नहीं घर वेख वेख कुरबान जाने कहते वाह ए जवाई रब सबू दे इन्ना सोहना घर एडी छेती बना रहा पर घर के अंदर की वीक है ये बापू नहीं जानता उठी सुलखणी लोचन नीरा भरिया और भई अधीरा सहज सुभा अगे जो पिता घर आते होते ना पुराना जमाना से जो बापू ने ना धी को आवाज मार लो धी उठ के गोली वांग जाके पिता के पैर ही पै जाते हाए मेरा प्यो आया बापू आया पिता जी आए आ कहते जिस वेले पिता ने आवाज मारी धी नहीं सुनी रो रही थी अंदर फिर आवाज मारी पुत सुलखणी जो कहते अपने बाबर की आवाज कन्ना पई एकदम हंजू थाम पिता ना पता लग जाए भज के आए बापू ने दूरों दरवाजे की दहलीज तो वेखिया कहते भज के घुट के बापू जी के चरण फर गए उन्हें अपनी धी गल लाया सिर पर हाथ रखे कहते आप मुहारे हंजू रोकने की कोशिश की दुख से अंदर
ज्वालामुखी फिर फुट ही गया। खुसा दा नाम गलदा की रोवे हुण धी दरवाजे ते रोवे ते पिता दा मत्था ठणक जांदा वी खुश है। ਧੀ ਹੱਸਦੀ ਦਿਸੇ ਤੇ ਖੁਸ਼ ਹੁੰਦੇ ਆ ਵੀ ਧੀ ਸੁਖੀ ਸਾਂਝੀ ਦੱਸ। ਰੱਬ ਕਰੇ ਕਿਸੇ ਧੀ ਨਾ ਰੋਵੇ, ਕਿਸੇ ਦੀ ਧੀ ਦੁਖੀ ਨਾ ਕਦੇ ਰੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਸਹਿਜ ਸੁਭਾਅ ਮੋਦੀ ਖਾਂਦੇ ਬੈਠੇ, ਮਰਜ ਨੂੰ ਨਹੀਂ ਪਤਾ ਸਾਡੇ ਸਹੁਰਾ ਸਾਹਿਬ ਘਰ ਆਏ ਹੋਏ ਆ। ਹੁਣ ਜਦੋਂ ਆਏ ਆਪਣੇ ਪੁੱਤ ਨੂੰ ਉਹ ਦਿਲਾਸਾ ਦਿੰਦੇ, ਕਹਿੰਦੇ ਪੁੱਤ ਕੀ ਹੋਇਆ? ਕਹਿੰਦੇ ਨਹੀਂ ਬਾਪੂ ਜੀ ਕੁਛ ਨਹੀਂ ਹੋਇਆ। ਉਹ ਬੜਾ ਪਿਆਰ ਕਰਦੇ ਆ, ਧੀ ਅੰਦਰ ਲੈ ਆਈ ਘਰ 'ਚ, ਘਰ ਬੜਾ ਸੋਹਣਾ ਨਿਸ਼ਾਨ ਬਣਾਇਆ, ਬੜੇ ਸੋਹਣੇ ਪਲੰਘੇ ਨੇ, ਬੜੇ ਪਦਾਰਥ ਨੇ। ਜ਼ਰੂਰੀ ਨਹੀਂ ਹੁੰਦਾ ਵੀ ਘਰ ਵੱਡਾ ਹੈ, ਕੋਠੀ ਵੱਡੀ, ਮਹਿਲ ਵੱਡਾ ਹੈ ਤੇ ਹੋ ਸਕਦਾ ਇਸ ਘਰ 'ਚ ਵੀ ਰੱਬ ਹੋਵੇ। ਨਹੀਂ, ਰੱਬ ਕੇਵਲ ਉੱਥੇ ਹੈ ਜਿੱਥੇ ਘਰ ਆਏ ਦਾ ਅਦਬ ਸਤਿਕਾਰ ਤੇ ਸਭ ਨਾਲ ਪਿਆਰ ਹੋਵੇ। ਆਖੋ ਸਾਡਾ ਨਾਮ। ਵੱਡੀਆਂ ਵੱਡੀਆਂ ਕੋਠੀਆਂ ਵਿੱਚ, ਬੰਗਲਿਆਂ ਦੇ ਵਿੱਚ ਕਬੂਤਰ ਬੋਲਦੇ ਆ। ਵੇਖੋ ਜਾ ਕੇ ਪੁੱਛੋ ਮਹਾਰਾਜ ਨੂੰ, ਸਤਿਗੁਰ ਕਹਿੰਦੇ ਕਾਹਦੇ ਮਹਿਲ ਨੇ ਭਾਈ ਉਜੜੇ ਪਏ ਆ, ਸਹੀ ਨਗਰ ਉਜਾੜੀ ਜੀ, ਭੱਠ ਨਗਰ ਸੇ ਰਾਮ। ਕਹਿੰਦੇ ਉਹ ਵੱਡੇ ਵੱਡੇ ਘਰ, ਉਹ ਮਹਿਲ ਇੱਟਾਂ ਦੇ ਭੱਠੇ ਨੇ, ਜਿੱਥੇ ਈਰਖਾ ਤੇ ਹੋਵੇ ਤੋਂ ਬਿਨਾਂ, ਅੱਗ ਤੋਂ ਬਿਨਾਂ ਕੁਛ ਨਹੀਂ, ਕੋਈ ਰਾਮ ਨਹੀਂ। ਜਦੋਂ ਪਿਤਾ ਘਰ ਬੈਠੇ ਬਾਪੂ ਜੀ ਤੇ ਸਾਰੀ ਗੱਲਾਂ ਭੁੱਲ ਗਈਆਂ, ਦੀ ਗੱਲ ਨੂੰ ਦੇਖ ਕੇ ਧੀ ਰੋਈ, ਹੁੱਬ ਕੇ ਰੋਈ। ਪਿਤਾ ਪੁੱਛਦੇ ਪੁੱਤ ਕੀ ਹੋਇਆ? ਕਹਿੰਦੇ ਬਾਪੂ ਕੁਛ ਨਹੀਂ ਹੋਇਆ, ਬੜੇ ਲੰਬੇ ਸਮੇਂ ਬਾਅਦ ਤੁਸੀਂ ਮਿਲਣ ਆਏ ਹੋ, ਮੈਨੂੰ ਚਾ ਬਣਾਏ। ਪਿਤ ਸੋ ਮਿਲ ਰੋਵਣ ਬੋਲਗੀ, ਮਨ ਦੁੱਖ ਤੇ ਜਨ ਕਰਨਾ ਭਾਗੀ। ਪਿਤਾ ਦੇ ਕੋਲ ਜਦ ਰੋਵੇ, ਇੱਕ ਪਿਓ ਹੀ ਤੇ ਹੁੰਦਾ ਜਿਹਦੇ ਕੋਲ ਦੁੱਖ ਰੋਇਆ ਜਾ ਸਕਦਾ। ਧੀਆਂ ਦਾ ਲਗਾਵ ਪਿਤਾ ਨਾਲ ਹੁੰਦਾ, ਪੁੱਤ ਰੋਵੇ ਕੋਈ ਫਰਕ ਨਹੀਂ, ਕਹਿੰਦੇ ਜਾਓ ਇਹਨਾਂ ਦਾ ਕੰਮ ਹੀ ਹੈ। ਬਾਪੂ ਪਸੀਜ ਗਿਆ, ਬਾਰ ਬਾਰ ਦੁਹਰਾ ਦੁਹਰਾ ਕੇ ਪੁੱਛੇ ਪੁੱਤ ਹੋਇਆ ਕੀ? ਕਹਿੰਦੇ ਕੁਛ ਨਹੀਂ। ਉਹਨੇ ਕਈ ਗੱਲਾਂ ਪੁੱਛੀਆਂ, ਪਤੀ ਤੰਗ ਕਰਦੇ? ਤੁਹਾਡੀ ਨਣਦ ਕੁਛ ਬੋਲਦੀ ਹੋਈ? ਨਹੀਂ ਪਿਤਾ ਜੀ। ਕਹਿੰਦੇ ਪੁੱਤ ਫਿਰ ਕੋਈ ਤੇ ਗੱਲ ਹੋਈ ਹੋਣੀ, ਅੱਗੇ ਮੈਂ ਕਿੰਨੀ ਵਾਰ ਆਇਆ, ਤੁਹਾਨੂੰ ਤੇ ਚਾਹ ਬੜਾ ਹੁੰਦਾ ਮੇਰੇ ਆਉਣ ਦਾ, ਅੱਜ ਰੋਈ ਜਾਂਦੇ ਹੋ। ਜਦ ਕਹਿੰਦੇ ਪਿਤਾ ਨੇ ਬਾਰ ਬਾਰ ਪੁੱਛਿਆ ਤੇ ਫਿਰ ਧੀ ਤੋਂ ਰਹਿ ਨਾ ਹੋਇਆ, ਦਿਲ ਦਾ ਦੁੱਖ ਅੱਜ ਫਰੋਲ ਹੀ ਦਿੱਤਾ ਏ। ਅਸ਼ਰ ਪਾਤ ਸੋ ਚੀਰ ਭਗੋਵਾ, ਜਨ ਦੁੱਖ ਆਪਣੇ ਮਲ ਮਲ ਧੋਵਾ। ਪਿਤਾ ਦੇ ਗੋਡਿਆਂ ਤੇ ਸਿਰ ਰੱਖ ਕੇ ਮਾਤਾ ਸੁਲੱਖਣੀ ਇੰਨਾ ਰੋਏ, ਉੱਚੀ ਉੱਚੀ ਰੋਏ। ਕਹਿੰਦੇ ਰੋ ਰੋ ਕੇ ਬਾਪੂ ਦਾ ਨਾ ਜਿਹੜਾ ਪਰਨਾ ਸੀ ਗੋਡੇ ਤੇ ਰੱਖਿਆ ਢਿੱਲਾ ਕਰਦਾ, ਬਾਪੂ ਵੀ ਰੋ ਗਿਆ। ਧੀ ਰੋਂਦੀ ਕੀ ਤੋਂ ਚਲੀ ਜਾਂਦੀ ਹੈ, ਹੱਸਦੀ ਤੇ ਸਭ ਨੂੰ ਚੰਗੀ ਹੈ। ਜਦ ਕਹਿੰਦੇ ਬਾਰ ਬਾਰ ਰੋਵੇ, ਬਾਰ ਬਾਰ ਰੋਵੇ, ਪਿਤਾ ਰੋ ਕੇ ਕਹਿੰਦਾ ਪੁੱਤ ਜੇ ਤੈਨੂੰ ਕੋਈ ਦੁੱਖ ਹੈ ਚੱਲ ਮੇਰੇ ਨਾਲ ਪਿੰਡ ਚੱਲ, ਇੱਥੇ ਨਹੀਂ ਰਹਿਣਾ ਆਪਾਂ। ਅਜੇ ਦੇਖੋ ਨਾ ਦੱਸਿਆ ਕੁਛ ਨਹੀਂ, ਦੱਸਣ ਦੀ ਕੋਸ਼ਿਸ਼ ਕਰਦੇ ਆ, ਦੱਸਣ ਵੀ ਕੀ ਕੁਝ ਸਮਝ ਨਹੀਂ ਆਉਂਦਾ। ਹੋਰ ਬੈਸ ਕਰ ਪਿਤਾ ਬਸਾਵਾ, ਨਿਜ ਦੁੱਖ ਕਰਮ ਕਰਮ ਸਭ ਹੈ ਸੁਣਾਵਾ। ਪਿਤਾ ਕਹਿੰਦਾ ਪੁੱਤ ਕੋਈ ਸਰੀਰਕ ਦੁੱਖ ਹੈ, ਕੋਈ ਮਾਨਸਿਕ ਪੀੜਾ ਹੈ? ਕਹਿੰਦੇ ਨਹੀਂ ਬਾਪੂ ਜੀ, ਜੇ ਹੁਣ ਪੁੱਛਣ ਲੱਗੇ ਹੋ ਨਾ, ਧੀ ਕਿਉਂ ਮਾਪਿਆਂ ਤੋਂ ਪਰਦੇ ਰੱਖਦੀ ਹੈ? ਅੱਜ ਵੀ ਪੰਜਾਬ ਦੀ ਧਰਤੀ ਤੇ ਧੀਆਂ ਘੁੱਟ ਘੁੱਟ ਜਿਉਂਦੀਆਂ ਨੇ। ਜਦ ਮਾਪੇ ਪੁੱਛਦੇ ਹੱਸ ਕੇ ਕਹਿੰਦੇ ਬਾਪੂ ਜੀ ਬਹੁਤ ਵਧੀਆ, ਚਿੰਤਾ ਨਾ ਕਰਿਆ ਕਰੋ ਤੁਸੀਂ, ਅਸੀਂ ਸਾਰੇ ਖੁਸ਼ ਹਾਂ। ਪਰ ਕਿਤੇ ਨਾ ਕਿਤੇ ਮਾਪਿਆਂ ਨੂੰ ਪਤਾ ਹੁੰਦਾ ਸਾਡੀ ਧੀ ਖੁਸ਼ ਨਹੀਂ ਹੈ, ਦੁਖੀ ਬਹੁਤ ਹੈ, ਦੱਸ ਰਹੀ ਨਹੀਂ ਉਹ। ਕਿਉਂ? ਉਹਨੂੰ ਪਤਾ ਹੈ ਜਦੋਂ ਮੈਂ ਨਹੀਂ ਦੱਸੂ, ਜੇ ਮੈਂ ਕੁਝ ਦੱਸ ਵੀ ਦਿੱਤਾ ਨਾ, ਪਿਓ ਤੇ ਵਿਚਾਰਾ ਮੇਰਾ ਪਹਿਲਾਂ ਹੀ ਅਧੂਰਾ ਹੋਇਆ ਪਿਆ, ਮਾਂ ਤੇ ਮੇਰੀ ਪਹਿਲਾਂ ਹੀ ਝੋਲਿਆਂ ਨੇ ਖਾਧੀ ਹੈ, ਜੇ ਦੱਸਤਾ ਕਿ ਉਹਨਾਂ ਦਾ ਕੀ ਬਣੂਗਾ। ਅੱਧ ਤੋਂ ਵੱਧ ਬੱਚੇ ਨਹੀਂ ਦੁੱਖ ਦੱਸਦੇ। ਜਦ ਪਿਤਾ ਨੇ ਬਾਰ ਬਾਰ ਪੁੱਛਿਆ, ਬਾਰ ਬਾਰ ਪੁੱਛਿਆ, ਆਖ ਦਿੱਤਾ ਪਿਤਾ ਜੀ ਰੋ ਕੇ, ਇਸ ਘਰ ਮੈਨੂੰ ਭਰਿਆ ਕਿਉਂ ਸੀ? ਆਖਸਾ ਦਾ ਨਾਮ। ਮੈਂ ਕੀ ਕਸੂਰ ਕੀਤਾ ਸੀ, ਕੀ ਗਲਤੀ ਸੀ ਮੇਰੀ? ਹੁਣ ਰਿਸ਼ਤਾ ਤੇ ਵੱਡਿਆਂ ਨੇ ਕੀਤਾ ਸੀ, ਮਾਪਿਆਂ ਨੇ ਕੀਤਾ। ਜਦ ਧੀ ਹੋ ਕੇ ਮਾਪਿਆਂ ਦੇ ਘਰੇ ਆਏ, ਫਿਰ ਮਾਪਿਆਂ ਨੂੰ ਕਹਿੰਦੀ ਹੈ ਬਾਪੂ ਜੀ ਕੀ ਦੇਖਿਆ ਸੀ ਉੱਥੇ ਤੁਸੀਂ, ਮੈਨੂੰ ਖੂਜ ਧੱਕਾ ਦੇਣ ਤੋਂ ਪਹਿਲਾਂ ਮਾਰ ਹੀ ਦਿੰਦੇ ਨਾ, ਆਹ ਹਾਲਤ ਬਣ ਗਈ ਅੱਜ। ਕਹਿੰਦੇ ਰੋ ਕੇ ਕਹਿਣ ਲੱਗੇ ਪਿਤਾ ਜੀ ਕੀ ਵੇਖਿਆ ਸੀ ਤੁਸੀਂ ਇਸ ਘਰ ਦੇ ਵਿੱਚ? ਪਟਵਾਰ ਖਾਨਾ, ਮੈਂ ਇਸ ਪਟਵਾਰ ਖਾਨੇ ਤੋਂ ਕੀ ਲੈਣਾ ਹੈ? ਮੈਨੂੰ ਤੇ ਕੰਧਾਂ ਵੀ ਖਾਣ ਨੂੰ ਆਉਂਦੀਆਂ। ਆਖ ਸਾਡੇ ਨਾਲ ਦਿਲ ਦਾ ਦੁੱਖ ਦੱਸ ਰਹੇ ਆਪਣੇ ਪਿਓ ਨੂੰ। ਪਿਤਾ ਰੋਈ ਜਾਵੇ,
ਨਾਲੇ ਪੁੱਤ ਨੂੰ ਦਲਾਸੇ ਦੇਵੇ ਕਹਿੰਦਾ ਪੁੱਤ ਰੋਣਾ ਨਹੀਂ ਕੁਛ ਨਹੀਂ ਹੁੰਦਾ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਚਿਤ ਲੋਚਨ ਬੂੰਦਨ ਨੀਰਾ ਕਹਿਤ ਬਚਨ ਕੋ ਮਾਤਾ ਸੁਲੱਖਣੀ ਰੋਂਦੇ ਰੋਂਦੇ ਦੱਸਦੇ ਦੱਸਦੇ ਫਿਰ ਉਹ ਪੈਂਦੇ ਨੇ ਭੁੱਬਾ ਮਾਰ ਕੇ ਫਿਰ ਦੋ ਗੱਲਾਂ ਦੱਸਦੇ ਹਟਕੋਰੇ ਭਰਨ ਲੱਗ ਪੈਂਦੇ ਆ ਪਿਤਾ ਨੇ ਸੋਚਿਆ ਚੱਲ ਰੋ ਲੈਣ ਦੇ ਦੋ ਘੜੀ ਥੋੜ੍ਹੀ ਦੇਰ ਰੋਣ ਤੋਂ ਬਾਅਦ ਕਹਿੰਦੇ ਪੁੱਤ ਹੁਣ ਤੇ ਦੱਸ ਕਹਿੰਦੀ ਮੈਂ ਆਪਣੇ ਪਤੀ ਤੋਂ ਦੁਖੀ ਹਾਂ ਪਰੇਸ਼ਾਨ ਮਾਪਿਆਂ ਤੋਂ ਦੁਖੀ ਹੋਵੇ ਅਗਲੀ ਕਹਿੰਦੀ ਜਾਂ ਮਾਪੇ ਛੱਡੇ ਸੱਸ ਸਹੁਰੇ ਤੋਂ ਦੁਖੀ ਹੋਵੇ ਆਪਣੇ ਪਤੀ ਨੂੰ ਕਹਿੰਦੀ ਛੱਡ ਇਹਨਾਂ ਦਾ ਖੇੜਾ ਇਹ ਜਿਉਂ ਨਹੀਂ ਦਿੰਦੇ ਜਿਹੜੀ ਦੁਖੀ ਪਤੀ ਤੋਂ ਵਿਚਾਰੀ ਜਾਵੇ ਕਿੱਥੇ ਆਖੋ ਸਤਨਾਮ ਕਿਹਨੂੰ ਦੁੱਖ ਦੱਸਿਆ ਆਪਣਾ ਹੁਣ ਇੱਥੇ ਉਹ ਸੰਸਾਰੀ ਤੌਰ ਤੇ ਦੁਖੀ ਨੇ ਇਹ ਕੋਈ ਕਾਰਨ ਹੈ ਆਉਣ ਵਾਲੇ ਸਮੇਂ 'ਚ ਖੋਲ ਦੇਣਾ ਭਾਈ ਬਾਲਾ ਜੀ ਕਹਿੰਦੇ ਜਦੋਂ ਰੋ ਰੋ ਕੇ ਦੱਸਿਆ ਬਾਪੂ ਨੂੰ ਇੱਕ ਗੁੱਸਾ ਚੜ੍ਹੇ ਇੱਕ ਲੱਥੇ ਇੱਕ ਆਵੇ ਇੱਕ ਜਾਵੇ ਵੀ ਉਦੋਂ ਤੇ ਕਹਿੰਦੇ ਸੀ ਸਾਰੇ ਵੀ ਇਹ ਤੇ ਮੁੰਡਾ ਦਰਵੇਸ਼ ਹੀ ਬਹੁਤ ਹੈ ਸਭ ਬਹੁਤ ਹੈ ਘਰ 'ਚ ਕਮੀ ਕਿਸੇ ਗੱਲ ਦੀ ਨਹੀਂ ਧੀ ਤੇ ਮੇਰੀ ਭੁੱਖੀ ਬੈਠੀ ਹੈ ਤੇ ਕਿਹੜਾ ਪਿਓ ਜਾਂਦਾ ਹੈ ਧੀ ਘੁੱਟ ਘੁੱਟ ਕੇ ਜੀਵੇ ਘੁੱਟ ਘੁੱਟ ਕੇ ਰਹੇ ਮਾਪੇ ਕਹਿੰਦੇ ਪੁੱਤ ਛੱਡ ਇਹੋ ਜਿਹੀ ਜ਼ਿੰਦਗੀ ਨਾਲ ਉਹ ਸਾਡੇ ਕੋਲ ਅੱਜ ਸਾਨੂੰ ਹੀ ਚਾਹੀਦਾ ਕੁਛ ਪਿਤਾ ਨੇ ਫੈਸਲਾ ਕਰ ਲਿਆ ਮਨ ਹੀ ਮਨ ਮੈਂ ਆਪਣੀ ਧੀ ਰੱਖਣੀ ਇੱਥੇ ਮਰਨ ਵਾਸਤੇ ਛੱਡਣਾ ਜੀਵ ਜੰਮਿਆ ਬਚਪਨ ਵਿੱਚ ਪਾਲਿਆ ਪਾਲਣ ਤੋਂ ਬਾਅਦ ਐਸੀ ਦੁਰਦਸ਼ਾ ਉਹਦੀ ਹੋਵੇ ਮਾਪਿਆਂ ਦਾ ਪਿਤਾ ਕਹਿੰਦੇ ਪੁੱਤ ਕੱਪੜੇ ਚੁੱਕ ਲੈ ਨਹੀਂ ਰਹਿਣਾ ਉਹ ਕਹਿੰਦੇ ਪਿਤਾ ਜੀ ਮੇਰਾ ਮਕਸਦ ਇਹ ਨਹੀਂ ਵੀ ਮੈਂ ਤੁਹਾਡੇ ਕੋਲ ਜਾਵਾਂ ਮੈਂ ਚਾਹੁੰਦੀ ਹਾਂ ਜਿੱਥੇ ਤੁਸੀਂ ਮੈਨੂੰ ਵਰਿਆ ਮੇਰਾ ਘਰ ਸੁਖੀ ਹੋ ਜੀ ਮੈਂ ਇੱਥੇ ਖੁਸ਼ ਹਾਂ ਕਿਉਂਕਿ ਜਿਸ ਘਰ ਮੈਂ ਆਈ ਹਾਂ ਇਸ ਘਰ ਤੋਂ ਆਥੀ ਉੱਠੇ ਮੈਂ ਆਪ ਨਾ ਜਾਵਾਂ ਇਹਨੇ ਬੋਲ ਬੋਲ ਕੇ ਖੂਬ ਫੁੱਟ ਫੁੱਟ ਕੇ ਰੋਏ ਹਨ ਸੁਣ ਪਿਤ ਭਲੇ ਸੰਗ ਹੋ ਲਾਈ ਜਿਹੇ ਨਕੇਤ ਕੀ ਚਿੰਤਨ ਕਾਈ ਫਿਰ ਉਸ ਵੇਲੇ ਆਪਣੇ ਪਿਤਾ ਦੇ ਸਾਹਮਣੇ ਗਲ ਪੱਲਾ ਪਾ ਕੇ ਮਾਤਾ ਸੁਲੱਖਣੀ ਰੋਈ ਬਾਬੂ ਇਹੋ ਜਿਹੀ ਜ਼ਿੰਦਗੀ ਦਿੱਤੀ ਸੀ ਤੂੰ ਮੈਨੂੰ ਘਰੇ ਤੇਰੇ ਹੁੰਦਿਆਂ ਮੈਨੂੰ ਕੋਈ ਦੁੱਖ ਨਹੀਂ ਸੀ ਆਇਆ ਕੀ ਸੋਚਿਆ ਸੀ ਮੇਰੇ ਵਾਸਤੇ ਇਸ ਘਰ ਵਿੱਚ ਭੇਜਣ ਲਈ ਦੱਸੋ ਮੇਰਾ ਗੁਨਾਹ ਕੀ ਆਖੋ ਸਤਨਾਮ ਉਹ ਬਾਬਲਾ ਮੇਰੇ ਆ ਕਿਹੜੇ ਜਨਮ ਦਾ ਵੈਰ ਕੱਢਿਆ ਮੇਰੇ ਨਾਲ ਜਦੋਂ ਇੱਥੇ ਤੱਕ ਹੋ ਗਏ ਤਾਂ ਫਿਰ ਪਿਤਾ ਕੀ ਕਰੇ ਪਿਤਾ ਰੋਇਆ ਧੀ ਦੇ ਮੋਢੇ ਤੇ ਸਿਰ ਰੱਖ ਕੇ ਬਾਪੂ ਕੋਈ ਰੋਇਆ ਉਸ ਵੇਲੇ ਕਵੀ ਕਹਿੰਦੇ ਵੇਖ ਮੇਰੇ ਤੋਂ ਵਿਆਹ ਨਹੀਂ ਹੁੰਦਾ ਦਲਾਸੇ ਦਵੇ ਪੁੱਤੇ ਸਾਗੀ ਹੋ ਗਏ ਪਿਤਾ ਜੀ ਇਹਦੇ ਨਾਲੋਂ ਮੈਨੂੰ ਜੰਮਦੀ ਨੂੰ ਗੱਲ ਗੋਠਾ ਦੇ ਕੇ ਮਾਰ ਦਿੰਦੇ ਕਿਹੋ ਜਿਹੀ ਚੱਲਦੀ ਹੈ ਕੀ ਕਰਦੀ ਤੇਰੇ ਘਰ ਵਿੱਚ ਰਹਿੰਦੀ ਸੀ ਹੱਸਦੀ ਖੇਡਦੀ ਸੀ ਸਖੀਆਂ ਸਹੇਲੀਆਂ ਦੇ ਨਾਲ ਇੱਥੇ ਚਾਰ ਦੀਵਾਰੀ ਵਿੱਚ ਕੈਦੀਆਂ ਵਾਂਗੂ ਕੈਦ ਹਾਂ ਕਰ ਸੰਨ ਬੰਦ ਡੋਵ ਤੁਮ ਦਿਨੀ ਪੂਰਵ ਜਨਮ ਕਰਮ ਮਹਿਨੀ ਇਹਨਾਂ ਵਚਨ ਕਹਿ ਕੇ ਨਾ ਮਾਤਾ ਮਾਤਾ ਸੁਲੱਖਣੀ ਰੋ ਪਈ ਪਿਤਾ ਕਿਹੜੇ ਪੂਰਵਲੇ ਜਨਮ ਦਾ ਵੈਰ ਮੇਰੇ ਨਾਲ ਤੁਸੀਂ ਕੱਢਿਆ ਹੈ ਮੈਨੂੰ ਤੇ ਜਿਉਂਦੀ ਨੂੰ ਬਾਪੂ ਆ ਤੂੰ ਡੋਬ ਦਿੱਤਾ ਖੋ ਸਤਨਾਮ ਮੈਂ ਜਿਉਣਾ ਨਹੀਂ ਚਾਹੁੰਦੀ ਮੈਨੂੰ ਕੁਛ ਚੰਗਾ ਨਹੀਂ ਲੱਗਦਾ ਪਿਤਾ ਨੇ ਦਿਲਾਸਾ ਦਿੱਤਾ ਪੁੱਤ ਕਿਉਂ ਕਹਿੰਦੇ ਮੇਰਾ ਪਤੀ ਘਰ ਨਹੀਂ ਆਉਂਦਾ ਫਕੀਰ ਹੈ ਉਹਨੂੰ ਘਰ ਦਾ ਕੋਈ ਪਤਾ ਨਹੀਂ ਪੁੱਤ ਤੂੰ ਸਮਝਾਇਆ ਨਹੀਂ ਕਹਿੰਦੇ ਮੈਂ ਬੜਾ ਸਮਝਾਇਆ ਮੈਂ ਆਪਣੀ ਨੰਦ ਨੂੰ ਵੀ ਕਿਹਾ ਨਹੀਂ ਮੰਨਦੇ ਆ ਖੇਡਾਂ ਨੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੋ ਸਮਾਂ ਸਮਾਪਤ ਹੈ ਭਾਈ ਸਾਹਿਬ ਵੀ ਭਾਵੁਕ ਹੋ ਗਏ ਆ ਕਿਉਂਕਿ ਇਹ ਵਿਚਾਰ ਗੀਤਾ ਨਹੀਂ ਹੈ ਇਹ ਆ ਗੁਰੂ ਨਾਨਕ ਸਾਹਿਬ ਦੀ ਕਥਾ ਦੇ ਰੰਗ ਜਦ ਹਾਸਿਆਂ ਦੀ ਕਥਾ ਹੁੰਦੀ ਤੇ ਵੱਖੀਆਂ ਟੁੱਟ ਜਾਂਦੀਆਂ ਜਦ ਵੈਰਾਗ ਦੀ ਗੱਲ ਆਉਂਦੀ ਹੈ ਤੇ ਸੱਚੀ ਹਰ ਅੱਖ ਨਾਲ ਹੋ ਜਾਂਦੀ ਮੈਂ ਵੇਖ ਰਿਹਾ ਕਿੰਨੀਆਂ ਦੀਆਂ ਅੱਖਾਂ ਭਰੀਆਂ ਨੇ ਕਿਉਂਕਿ ਹਰ ਬੰਦਾ ਦੁਖੀ ਹੈ ਕਿਤੇ ਨਾ ਕਿਤੇ ਉਹ ਸਾਡੇ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਹੁੰਦੀਆਂ ਨੇ ਇਹੀ ਚੀਜ਼ਾਂ ਨੇ ਗੁਰੂ ਨਾਨਕ ਸਾਹਿਬ ਦੀ ਇਹ ਮਾਇਆ ਹੈ ਸਾਨੂੰ ਸਾਡੇ ਘਰਾਂ ਪਰਿਵਾਰਾਂ ਦੀਆਂ ਗੱਲਾਂ ਨੂੰ ਸਮਝਾਉਂਦੇ ਆ ਮਰਦ ਨੇ ਸਮਝਾਇਆ ਬੰਦੇ ਆ ਵੇਖੀ ਕਿਤੇ ਡੋਲ ਨਾ ਜਾਈ ਦੁਖੀ ਨਾ ਹੋ ਜਾਈ ਇੱਥੇ ਤੇ ਰੱਬ ਨੂੰ ਵੀ ਦੁਖੀ ਕਰਨ ਲਈ ਜ਼ਮਾਨੇ ਨੇ ਕੀ ਕੁਛ ਨਹੀਂ ਕੀਤਾ ਪਰ ਕੁਛ ਸੀ ਅਜੇ ਸੁਣੀ ਜਾ ਲਓ ਕੱਲ ਕੀ ਕੁਛ ਹੋਣਾ ਅੱਜ ਤੇ ਸ਼ੁਰੂਆਤ ਹੈ ਉਹ ਕਹਿੰਦੇ ਪਿਤਾ ਜੀ ਮੈਂ ਨਹੀਂ ਇਸ ਘਰ ਵਿੱਚ ਵਸਣਾ ਮੈਨੂੰ ਭਾਵੇਂ ਅੱਜ ਮਾਰ ਦਿਓ ਭਾਵੇਂ ਫਾਹੇ ਲਾ ਦਿਓ ਖੂਹ 'ਚ ਧੱਕਾ ਦੇ ਦਿਓ ਜਿਸ ਘਰ ਦੇ ਵਿੱਚ ਇੱਜ਼ਤ ਨਹੀਂ ਕਦਰ ਨਹੀਂ
ਉਹ ਘਰ ਵੀ ਕਾਹਦਾ ਘਰ ਆਇਆ ਖੁਸਾ ਦਾ ਨਾਮ ਪਿਤਾ ਨੇ ਫੈਸਲਾ ਕਰ ਲਿਆ ਪੋਤਾ ਆਪਾਂ ਹੁਣ ਇੱਥੇ ਨਹੀਂ ਰਹਿਣਾ ਚੱਲ ਚੱਲੀਏ ਉਹਨਾਂ ਸਮਿਆਂ 'ਚ ਛੱਡ ਛਡਾ ਵੀ ਨਹੀਂ ਸੀ ਹੁੰਦੇ ਤੁਸੀਂ ਇਹ ਸੋਚੋ ਉਦੋਂ ਦੀ ਗੱਲ ਹੈ ਜਦ ਧੀ ਨੂੰ ਸਮਝਾਇਆ ਜਾਂਦਾ ਸੀ ਪੁੱਤ ਜਿਸ ਘਰ ਵਿੱਚ ਤੂੰ ਡੋਲੀ ਵਿੱਚ ਗਈ ਹੈ ਨਾ ਉੱਥੋਂ ਆਥੀ ਆਵੇ ਸਾਨੂੰ ਦੁੱਖ ਨਾ ਦੱਸੀ ਆਪਣਾ ਤੇਰੇ ਉਹ ਨੇ ਪਰ ਵੇਖੋ ਉਸ ਸਮੇਂ ਵੀ ਪਿਤਾ ਨੇ ਸੋਚ ਲਿਆ ਮੈਂ ਆਪਣੀ ਧੀ ਨੂੰ ਇਸ ਸੰਦਰਭ ਵਿੱਚ ਰਹਿਣ ਨਹੀਂ ਦੇਣਾ ਅਤੇ ਅੱਜ ਤੇ ਜ਼ਮਾਨਾ ਬੜਾ ਐਡਵਾਂਸ ਹੈ ਹਰ ਬੰਦਾ ਸੋਚਦਾ ਵੀ ਜਿੱਥੇ ਦੁੱਖ ਹੈ ਜਿੱਥੇ ਸਾਡੇ ਮੁਤਾਬਿਕ ਕੁਛ ਨਹੀਂ ਹੁੰਦਾ ਇਹੋ ਜਿਹੀ ਜ਼ਿੰਦਗੀ ਨਾਲੋਂ ਇਕੱਲੇ ਚੰਗੇ ਕਿਉਂਕਿ ਦੁਨੀਆਂ 'ਤੇ ਇਕੱਲੇ ਰਹਿਣ ਆਏ ਹਾਂ ਇਕੱਲੇ ਆਏ ਹਾਂ ਇਕੱਲੇ ਜਾਵਾਂਗੇ ਕਿਸੇ ਦਾ ਹਿਸਾਬ ਦੇਣ ਨਹੀਂ ਆਏ ਸਫਾਈਆਂ ਦੇਣ ਨਹੀਂ ਆਏ ਦੁਨੀਆਂ 'ਤੇ ਇੱਥੇ ਆਪਣੇ ਜੀਵਨ ਵਿੱਚ ਉੱਚਾ ਹੋਣਾ ਚਾਹੀਦਾ ਮਾਨਸਿਕਤਾ ਕਰਕੇ ਉੱਚਾ ਹੋਣਾ ਚਾਹੀਦਾ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਬੈਠੇ ਜਾਣ ਰਹੇ ਉੱਥੇ ਹੋ ਕੀ ਰਿਹਾ ਕਰੇ ਸਫਾਈ ਦੇਣ ਨਹੀਂ ਆਏ ਜੇ ਆ ਜਾਂਦੇ ਲੜਾਈ ਹੋ ਜਾਂਦੀ ਕਿਉਂਕਿ ਉਹਨਾਂ ਨੇ ਕਹਿਣਾ ਕੁਛ ਨਹੀਂ ਸਤਿਗੁਰਾਂ ਦੇ ਸਹੁਰਾ ਟੁੱਟ ਕੇ ਪੈ ਜਾਣਗੇ ਸੁਭਾਅ ਤੁਹਾਨੂੰ ਪਤਾ ਕਿਹੋ ਜਿਹਾ ਉਹਨਾਂ ਦਾ ਜੋ ਕੁਛ ਵੀ ਹੋਣਾ ਅੱਜ ਤੇ ਤੁਸੀਂ ਮੇਰੇ ਹਿਸਾਬ ਨਾਲ ਕੁਛ ਵੀ ਨਹੀਂ ਸੁਣਿਆ ਕੱਲ੍ਹ ਵੱਡਾ ਜੇਰਾ ਲੈ ਕੇ ਆਇਓ ਕੀ ਕੁਛ ਹੋਏਗਾ ਇਹ ਰੰਗ ਨੇ ਗੁਰੂ ਨਾਨਕ ਸਾਹਿਬ ਦੀ ਪਾਵਨ ਕਥਾ ਦੇ ਜਿਹਨੇ ਇਹ ਕਥਾ ਨਹੀਂ ਸੁਣੀ ਉਹਨੇ ਕੀ ਸੁਣਿਆ ਜ਼ਿੰਦਗੀ 'ਚ ਜਿਹਨੂੰ ਮਰਜ਼ੀ ਪੁੱਛੋ ਅਸੀਂ ਤੇ ਜੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਜੀ ਸਾਨੂੰ ਭਾਈ ਕੁਛ ਨਹੀਂ ਸੁਣਿਆ ਗੁਰੂ ਬਾਰੇ ਜਦੋਂ ਇਤਿਹਾਸ ਸੁਣੋਗੇ ਫਿਰ ਪਤਾ ਲੱਗਦਾ ਬੱਚਿਆਂ ਨੂੰ ਜਾ ਕੇ ਦੱਸੀਏ ਸਾਡੇ ਵੱਡਿਆਂ ਦੇ ਆਹ ਪਾਏ ਹੋਏ ਪੂਰਨੇ ਇੱਦਾਂ ਦੀਆਂ ਖੇਡਾਂ ਵੀ ਵਰਤਾਈਆਂ ਪਰ ਉਹ ਮਾਇਆ ਤੇ ਕ੍ਰਿਸ਼ਨ ਦੇ ਬੋਝ ਨਹੀਂ ਫਸਿਆ ਖੋ ਸਦ ਨਾਮ ਨਹੀਂ ਫਸੇ ਵੱਡੇ ਸੀ ਉਹ ਡਾਢੇ ਸੀ ਸੋ ਸਮਾਂ ਸਮਾਪਤ ਜਿਵੇਂ ਪਾਤਸ਼ਾਹ ਕਿਰਪਾ ਕਰਨ ਲਈ ਸਰਵਣ ਕਰਾਂਗੇ ਵਾਹਿਗੁਰੂ ਵਾਹਿਗੁਰੂ।